हिंदुस्तान नूं अंग्रेजां तों आजाद करवाउण लई ते इक नवां समाज सिरजण वास्ते जो कि जबर लुट गरीबी अज्ञानता अते भेदभाव तों रहत होवे। इसलिए अमरीका विखे 1913 विच गदर लहर नाम दी एक जुझारू जत्थेबंदी बनाई गई। गदर लहर भावे थोड़ा समा ही चली पर इसने भारत दी आजादी दे संघर्ष विच एक अहम भूमिका निभाई। इस लहर विच कुछ को पढ़े लिखे अते 95% तो वद प्रवासी पंजाबी जो के वधेरे करके सिख सन उत्तरी अमरीका दे प्रशांत महासागरी तट उत्ते कामिया अते खेत मजदूरां वजो काम करदे सन। इना मुल्कां विच रहंदे होए उन्होंने महसूस किया कि भारत अते बरतानवी साम्राज दे हितां विच कोई सांझ नहीं हो सकती। इसका जवाब सिर्फ एक सी, ओ सी गदर भाव हथियारबंद इनकलाबी तब्दीली अते इस तो इलावा होर कुछ भी नहीं। गदर लहर दी वरेगंढ हर साल कैनेडा अमरीका भारत अते होर मुल्कां विच भी मनाई जांदी है। ए फिल्म एक अजिहे ही गदरी दी कहानी है जो कि चंगी जिंदगी दी भाल विच घरों निकल के पैनमा पुज गया अते भारत अते उसदे देश भगतां लई एक बहुत वड्डा मददगार हो निबड़िया। गदरी बाबा अमर सिंह जी का जन्म सन 1881 विच मोगे नेड़े अपने नानके पिंड चड़िक विच सरदार शेर सिंह निजर अते माता धर्म कौर जी दे घर होया। अमर सिंह जी दे दादा जी सरदार बहादुर सिंह मालवे दे मोगे नेड़ले पिंड मंडीरा वाला तो नानकी ढेरी ते जलंधर जिले दे पिंड संधवा विच आ वसे सन। सो ਉਹ ਸੰਧਵਾ ਵਿੱਚ ਮਲਵਈ ਕਰਕੇ ਜਾਣੇ ਜਾਂਦੇ ਸਨ। ਅਮਰ ਸਿੰਘ ਆਪਣੇ ਭੈਣ ਭਰਾਵਾਂ ਪੂਰਨ ਸਿੰਘ, ਬੇਅੰਤ ਸਿੰਘ, ਭਗਤ ਸਿੰਘ, ਸੁੱਚਾ ਸਿੰਘ, ਬੰਤੀ ਕੌਰ, ਗੁਰਦੇਵ ਕੌਰ ਤੇ ਪੂਰੋ ਕੌਰ ਤੋਂ ਵੱਡੇ ਸਨ। ਇਹ ਉਹ ਸਮਾਂ ਸੀ ਜਦੋਂ ਅੰਗਰੇਜ਼ਾਂ ਨੇ ਉਦਯੋਗੀਕਰਨ ਦੀ ਮੁਹਿੰਮ ਦੇ ਤਹਿਤ ਨਹਿਰਾਂ ਅਤੇ ਰੇਲਵੇ ਦਾ ਵਿਸਤਾਰ ਸ਼ੁਰੂ ਕੀਤਾ ਸੀ। ਸਿੱਟੇ ਵਜੋਂ ਜ਼ਿਮੀਦਾਰਾਂ ਕੋਲੋਂ ਘੱਟ ਕੀਮਤਾਂ ਤੇ ਫਸਲਾਂ ਖਰੀਦਣੀਆਂ ਤੇ ਵੱਧ ਮਾਮਲੇ ਵਸੂਲੇ ਜਾਣ ਲੱਗ ਪਏ ਸਨ। ਲਗਾਤਾਰ ਔੜ ਤੇ ਵਸੀਲਿਆਂ ਦੀ ਘਾਟ ਨੇ ਕਿਸਾਨ ਦਾ ਲੱਕ ਤੋੜ ਦਿੱਤਾ ਸੀ। ਘਰ ਦੀ ਜ਼ਮੀਨ ਤੇ ਇੱਕ ਵੱਡੇ ਟੱਬਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਸੀ। ਇਸ ਮੰਦਹਾਲੀ ਦੇ ਦੌਰ ਵਿੱਚ ਦੁਆਬੇ ਦੇ ਬਹੁਤ ਸਾਰੇ ਕਿਸਾਨਾਂ ਨੇ ਬਾਹਰਲੇ ਮੁਲਕਾਂ ਵੱਲ ਰੁੱਖ ਕਰ ਲਿਆ ਸੀ। ਅਮਰ ਸਿੰਘ ਦੇ ਪਰਮ ਮਿੱਤਰ ਹਰੀ ਸਿੰਘ ਸੂੰਡ ਕੈਨੇਡਾ ਪਹੁੰਚ ਚੁੱਕੇ ਸਨ ਅਤੇ ਉਹ ਚਿੱਠੀਆਂ ਲਿਖ ਕੇ ਅਮਰ ਸਿੰਘ ਨੂੰ ਵੀ ਕੈਨੇਡਾ ਆਉਣ ਦੀ ਸਲਾਹ ਦਿੰਦੇ ਸਨ। ਪਰ ਘਰਦਿਆਂ ਨੇ ਉਹਨਾਂ ਦਾ ਵਿਆਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪੱਖੋਵਾਲ ਦੀ ਬੀਬੀ ਬਸੰਤ ਕੌਰ ਨਾਲ ਕਰ ਦਿੱਤਾ। ਆਪਣੇ ਪਰਿਵਾਰ ਦੀ ਮੰਦਹਾਲੀ ਅਮਰ ਸਿੰਘ ਨੂੰ ਬਰਦਾਸ਼ਤ ਨਹੀਂ ਸੀ ਹੁੰਦੀ। ਬਾਪ ਦੇ ਮਨਾ ਕਰਨ ਦੇ ਬਾਵਜੂਦ ਅਮਰ ਸਿੰਘ ਵਿਦੇਸ਼ ਜਾਣ ਲਈ ਬਜ਼ਿੱਦ ਰਹੇ ਅਤੇ ਅਖੀਰ 1906 ਵਿੱਚ ਇਲਾਕੇ ਦੇ ਹੋਰ ਮੁੰਡਿਆਂ ਦੇ ਨਾਲ ਕੈਨੇਡਾ ਜਾਣ ਦੀ ਤਿਆਰੀ ਕਰ ਲਈ। ਖੇਤੀ ਆਮ ਕਰਕੇ ਇੱਕ ਕਿਸਾਨਾਂ ਦੇ ਪੁੱਤਰ ਮਜਬੂਰੀ ਦੇ ਕਾਰਨ, ਕਿਉਂਕਿ ਬੜੇ ਸਾਰੇ ਤਾਂ ਇਹੋ ਜਿਹੇ ਸੀਗੇ ਜਿਨ੍ਹਾਂ ਕੋਲ ਜ਼ਮੀਨਾਂ ਤਾਂ ਕਾਫੀ ਸੀਗੀਆਂ, ਕਾਨੂੰਨੀ ਤੌਰ 'ਤੇ ਮਲਕੀਅਤ ਨੂੰ ਦੇਖਿਆ ਜਾਵੇ, ਪਰ ਗਹਿਣੇ ਪਈਆਂ ਸੀ, ਕਰਜ਼ੇ ਬੜੇ ਹੁੰਦੇ ਸਨ।
ਅਤੇ ਜਿਵੇਂ ਸੋਹਣ ਸਿੰਘ ਭਕਨਾ ਨੇ ਮਾਂ ਦਾ ਇੱਕੋ ਇੱਕ ਪੁੱਤਰ ਹੈ, ਪਿਓ ਹੈ ਨਹੀਂ, ਬਲਕਿ ਮਾਵਾਂ ਦੋ ਨੇ, ਅਤੇ ਉਹ ਮਜਬੂਰ ਹੋ ਕੇ ਹੀ ਮਾਂ ਜਰਦੀ ਹੈ ਕਿ ਇਕੱਲਾ ਪੁੱਤਰ ਹੈ ਅਤੇ ਹੁਣ ਉਹ ਬਾਹਰ ਚਲਾ ਜਾਏ ਤਾਂ ਕਿ ਕੁਝ ਕਮਾ ਕੇ ਲਿਆਵੇ ਅਤੇ ਕਰਜ਼ਾ ਵਾਪਸ ਹੋਵੇ ਅਤੇ ਜ਼ਮੀਨ ਵਾਪਸ ਆਵੇ। ਆਮ ਤੌਰ 'ਤੇ ਕਹਾਣੀ ਇੱਦਾਂ ਦੀ ਸੀ। ਬਾਬਾ ਸੋਹਣ ਸਿੰਘ ਭਕਨਾ ਦੀ ਕੋਈ 65 acres ਜ਼ਮੀਨ ਸੀ, ਡਾਕਟਰ ਭਾਗ ਸਿੰਘ ਦੀ, ਭਾਗ ਸਿੰਘ ਹੋਰਾਂ ਦੀ ਮੇਰਾ ਖਿਆਲ ਹੈ ਕੋਈ 45 ਦੇ ਕਰੀਬ ਏਕੜ ਜ਼ਮੀਨ ਹੋਣੀ। ਯਾਨੀ ਨੰਬਰ ਇੱਕ ਤਾਂ ਇਹ ਹੈ ਵੀ ਇਹ ਸਨ ਵੋਲੰਟਰੀ ਮਾਈਗਰੈਂਟਸ, ਇੰਡੈਂਚਰਡ ਲੇਬਰਰਸ ਵਾਂਗੂ ਨਹੀਂ ਸੀ ਜਿਵੇਂ ਬਿਹਾਰ ਅਤੇ ਯੂਪੀ ਤੋਂ ਕੋਈ ਸੂਰੀਨਾਮ ਗਿਆ ਅਤੇ ਕੋਈ ਯੁਗਾਂਡਾ ਗਿਆ, ਅਤੇ ਇਸ ਤਰ੍ਹਾਂ ਦਾ ਨਹੀਂ ਸੀ। ਅਣਖ ਵਾਲੇ ਬੰਦੇ ਸੀ, ਜ਼ਮੀਨਦਾਰ ਨੇ, ਪ੍ਰੈਜ਼ੈਂਟ ਓਨਰਸ ਨੇ ਪ੍ਰੋਪਰਟੀ ਦੇ। ਯਾਨੀ ਇਹ ਪੜ੍ਹ ਲਿਖੇ ਵੀ ਨਹੀਂ ਸਨ, ਬੜੇ ਤਾਂ ਐਕਚੁਲੀ ਆਪਣੇ ਪਿੰਡ ਤੋਂ ਪਹਿਲੀ ਵਾਰੀ ਬਾਹਰ ਨਿਕਲਣ ਲੱਗੇ ਸੀ, ਜਿਵੇਂ ਆਪਣੇ ਹਰਜਾਬ ਸਿੰਘ ਹੋਰੀ ਵੀ ਸ਼ਾਇਦ ਲਿਖਦੇ ਨੇ, ਅਮਰ ਸਿੰਘ ਸੰਧਵਾ ਲਿਖਦੇ ਨੇ। ਹਾਂ, ਅਮਰ ਸਿੰਘ ਸੰਧਵਾ ਨੇ ਲਿਖੀ ਹੈ ਗੱਲ ਇਹ ਕਿ ਜਦੋਂ ਮੈਂ ਗੱਡੀ ਚੜ੍ਹਿਆ ਤਾਂ ਪਹਿਲੀ ਵਾਰੀ ਗੱਡੀ ਚੜ੍ਹਿਆ ਸੀ ਕਲਕੱਤੇ ਜਾਣ ਲਈ, ਇੰਨੇ ਲੰਬਾ ਸਫ਼ਰ ਕਰਨ ਲਈ ਪਿੰਡ ਤੋਂ ਬਾਹਰ ਨਿਕਲੇ ਹੀ ਨਹੀਂ। ਇੱਥੋਂ ਨਿਕਲ ਕੇ ਸਿੱਧੇ ਤੁਸੀਂ ਅਮਰੀਕਾ, ਸੈਨ ਫਰਾਂਸਿਸਕੋ ਹੋਵੇ ਜਾਂ ਵੈਨਕੂਵਰ ਹੋਵੇ ਜਾਂ ਸੀਆਟਲ ਹੋਵੇ, ਇਹੋ ਜਿਹੀ ਜਗ੍ਹਾ ਪਹੁੰਚ ਜਾਓ, ਇਹ ਤਾਂ ਦੁਨੀਆ ਹੀ ਹੋਰ ਆ। ਆਦਮੀ ਪਹੁੰਚ ਚੱਕਾ ਜਿਹਾ ਰਹਿ ਜਾਂਦਾ ਵੀ ਇਹ ਕਹੀ ਦੁਨੀਆ ਬਈ। ਪਿੰਡ ਦੇ ਕਈ ਲੋਕ ਉਹਨਾਂ ਨੂੰ ਗੱਡੀ ਬਿਠਾਉਣ ਲਈ ਫਿਲੌਰ ਸਟੇਸ਼ਨ ਤੇ ਆਏ। 3 ਦਿਨਾਂ ਦੇ ਰੇਲ ਸਫ਼ਰ ਤੋਂ ਬਾਅਦ ਉਹ ਕਲਕੱਤੇ ਪਹੁੰਚੇ। ਕਲਕੱਤੇ ਸਮੁੰਦਰ ਦਾ ਦੂਰ ਦੂਰ ਤੱਕ ਫੈਲਿਆ ਪਾਣੀ ਵੇਖ ਕੇ ਕਈਆਂ ਨੇ ਡਰ ਦੇ ਮਾਰੇ ਜਹਾਜ਼ ਵਿੱਚ ਬਹਿਣ ਤੋਂ ਇਨਕਾਰ ਕਰ ਦਿੱਤਾ। ਅਮਰ ਸਿੰਘ ਨੇ ਤਕਰੀਬਨ 500 ਹੋਰਨਾਂ ਮੁਸਾਫਿਰਾਂ ਨਾਲ ਕਲਕੱਤੇ ਤੋਂ ਸਮੁੰਦਰੀ ਜਹਾਜ਼ ਵਿੱਚ ਹਾਂਗਕਾਂਗ ਤੱਕ ਦਾ ਸਫ਼ਰ ਸ਼ੁਰੂ ਕੀਤਾ। ਜਹਾਜ਼ੋਂ ਉਤਰ ਕੇ ਸਾਰੇ ਮੁਸਾਫਿਰ ਹਾਂਗਕਾਂਗ ਦੇ ਗੁਰਦੁਆਰੇ ਵਿੱਚ ਚਲੇ ਗਏ। ਪ੍ਰਬੰਧਕਾਂ ਦੇ ਸੇਵਾ ਭਾਵ ਵਾਲੇ ਵਤੀਰੇ ਕਰਕੇ ਉਹਨਾਂ ਨੂੰ ਮਾਹੌਲ ਉਪਰਾਣਾ ਜਾਪਿਆ। ਇੱਥੋਂ ਹੁਣ ਅਗਲੇ ਜਹਾਜ਼ ਅਤੇ ਮੁਲਕ ਦੀ ਚੋਣ ਕਰਨੀ ਸੀ, ਜਿਸ ਲਈ ਕਈ ਵਾਰ ਕਈ ਮਹੀਨਿਆਂ ਤੱਕ ਦਾ ਸਮਾਂ ਲੱਗ ਜਾਂਦਾ ਸੀ। ਉਹਨਾਂ ਕੈਨੇਡਾ ਜਾਣ ਵਾਲੇ ਜਹਾਜ਼ ਬਾਰੇ ਪੜਤਾਲ ਕੀਤੀ, ਪਰ ਅਮਰ ਸਿੰਘ ਸਮੇਤ ਦੋ ਹੋਰ ਸਾਥੀਆਂ ਦੀਆਂ ਅੱਖਾਂ ਵਿੱਚ ਕੁੱਕਰੇ ਹੋਣ ਕਰਕੇ ਉਹ ਡਾਕਟਰੀ ਵਿੱਚੋਂ ਫੇਲ ਹੋ ਗਏ ਅਤੇ ਕੈਨੇਡਾ ਜਾਣ ਤੋਂ ਰਹਿ ਗਏ। ਇਸ ਘਟਨਾ ਕਰਕੇ ਅਮਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਮਾਯੂਸੀ ਹੋਣੀ ਕੁਦਰਤੀ ਸੀ, ਪਰ ਉਹਨਾਂ ਹਿੰਮਤ ਨਹੀਂ ਹਾਰੀ ਅਤੇ ਰੋਜ਼ ਗੁਰਦੁਆਰੇ ਤੋਂ ਤਿਆਰ ਹੋ ਕੇ ਰੋਜ਼ਗਾਰ ਦੀ ਤਲਾਸ਼ ਵਿੱਚ ਨਿਕਲਦੇ ਅਤੇ ਹੋਰਨਾਂ ਮੁਲਕਾਂ ਨੂੰ ਜਾਣ ਵਾਲੇ ਜਹਾਜ਼ਾਂ ਬਾਰੇ ਪਤਾ ਕਰਦੇ। ਬਾਬੂ ਹਰਨਾਮ ਸਿੰਘ ਦੀ ਮਦਦ ਨਾਲ ਅਮਰ ਸਿੰਘ ਵਰਗੇ 26 ਹੋਰ ਇੱਕ ਜਾਪਾਨੀ ਜਹਾਜ਼ ਰਾਹੀਂ ਪੇਰੂ ਜਾਣ ਵਿੱਚ ਸਫਲ ਹੋ ਗਏ। ਸੱਠ ਦਿਨਾਂ ਦੇ ਸਫ਼ਰ ਤੋਂ ਬਾਅਦ ਉਹਨਾਂ ਦਾ ਜਹਾਜ਼ ਪੇਰੂ ਜਾ ਲੱਗਾ। ਵੱਡੀਆਂ ਵੱਡੀਆਂ ਪੱਗਾਂ ਤੇ ਦਾੜੀਆਂ ਤੇ ਕੰਨਾਂ ਵਿੱਚ ਨੱਤੀਆਂ ਪਾਈ ਮਜ਼ਬੂਤ ਸਰੀਰਾਂ ਵਾਲੇ ਪੰਜਾਬੀ ਉੱਥੋਂ ਦੇ ਲੋਕਾਂ ਵਾਸਤੇ ਅਜੂਬਾ ਸਨ। ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਸ਼ਾਇਦ ਪੇਰੂ ਪਹੁੰਚਣ ਵਾਲੇ ਉਹ ਪਹਿਲੇ ਪੰਜਾਬੀ ਸਿੱਖ ਸਨ। ਅਮਰ ਚੰਦ ਬਿਲਗਾ, ਜੋ ਕਿ ਟੁੱਟੀ ਫੁੱਟੀ ਅੰਗਰੇਜ਼ੀ ਜਾਣਦਾ ਸੀ, ਉਸਦੀ ਮਦਦ ਨਾਲ ਛੇਤੀ ਹੀ 1 ਮੀਲ ਉੱਚੀ ਪਹਾੜੀ ਉੱਪਰ ਜ਼ਮੀਨ ਪੱਧਰੀ ਕਰਨ ਦਾ ਕੰਮ ਮਿਲ ਗਿਆ। ਕੰਮ ਵਾਲੀ ਥਾਂ ਉਹਨਾਂ ਨੂੰ ਆਟਾ ਭੇਜ ਦਿੱਤਾ ਗਿਆ, ਪਰ ਪਾਣੀ ਦਾ ਕੋਈ ਠੀਕ ਪ੍ਰਬੰਧ ਨਹੀਂ ਸੀ। 2 ਹਫ਼ਤੇ ਤੱਕ ਪ੍ਰਬੰਧਕਾਂ ਨੇ ਉਹਨਾਂ ਦੀ ਕੋਈ ਖ਼ਬਰ ਸਾਰੀ ਨਾ ਲਈ। ਖਾਣ ਪੀਣ ਤੇ ਰਹਿਣ ਸਹਿਣ ਦਾ ਠੀਕ ਪ੍ਰਬੰਧ ਨਾ ਹੋਣ ਕਰਕੇ ਉਹਨਾਂ ਨੇ ਉਹ ਕੰਮ ਛੱਡ ਦੇਣ ਦਾ ਮਨ ਬਣਾ ਲਿਆ। ਫਿਰ ਉਹਨਾਂ ਨੂੰ ਰਾਸਤੇ ਵਿੱਚ ਪੈਂਦੇ ਸੈਂਟਾ ਕਰਾਗਾ ਦੀ ਇੱਕ ਖੰਡ ਮਿੱਲ ਵਿੱਚ ਕੰਮ ਮਿਲ ਗਿਆ, ਜਿੱਥੇ ਕੁਝ ਜਾਪਾਨੀ ਕੰਮ ਕਰਦੇ ਸਨ ਅਤੇ ਉੱਥੋਂ ਦਾ ਮੈਨੇਜਰ ਇੱਕ ਅੰਗਰੇਜ਼ ਸੀ। ਉਹਨਾਂ ਨੂੰ 10 ਘੰਟੇ ਕੰਮ ਕਰਨ ਦੇ ਬਦਲੇ $1.5 ਮਿਲਦਾ ਸੀ। ਬਿਮਾਰ ਹੋ ਜਾਂਦੇ ਆ, ਬਵਾਸੀਰ ਹੋ ਜਾਂਦੀ ਹੈ, ਇੱਕ ਹਸਪਤਾਲ 'ਚ ਜਾਂਦੇ ਆ। ਹਸਪਤਾਲ 'ਚ ਜਦੋਂ ਦਾਖਲ ਹੁੰਦੇ ਆ ਤਾਂ ਉੱਥੇ ਦੇਖਦੇ ਆ ਕਿ ਨਰਸਾਂ ਨੇ ਉਹਨਾਂ ਨੂੰ ਕਿੰਨਾ ਉਹਨਾਂ ਦਾ ਵਧੀਆ ਢੰਗ ਨਾਲ ਇਲਾਜ ਕੀਤਾ, ਉਸ ਗੱਲ ਤੋਂ ਪ੍ਰਭਾਵਿਤ ਸੀ। ਪਰ ਦੂਜੇ ਪਾਸੇ
ਉੱਥੇ ਦੇ ਲੋਕ ਜਿਹੜੇ ਆ ਉਹਨਾਂ ਨੂੰ ਇੱਕ ਗੁਲਾਮੀ ਦੀ ਭਾਵਨਾ ਨਾਲ ਦੇਖਦੇ ਸੀ ਅਤੇ ਉਹਨਾਂ ਨੂੰ ਇਹ ਲੱਗਾ ਕਿ ਇੱਥੇ ਜਿਹੜੇ ਲੋਕਾਂ ਦੇ ਮਨਾਂ 'ਚ ਸਾਡੇ ਪ੍ਰਤੀ ਨਫ਼ਰਤ ਆ ਉਹ ਗੁਲਾਮ ਹੋਣ ਕਰਕੇ ਆ, ਜੇ ਅਸੀਂ ਗੁਲਾਮ ਹਾਂ ਤਾਂ ਸਾਡੀ ਕੋਈ ਇੱਜ਼ਤ ਨਹੀਂ ਅਤੇ ਸਾਨੂੰ ਆਜ਼ਾਦ ਹੋਣਾ ਬਹੁਤ ਜ਼ਰੂਰੀ ਹੈ। ਅਤੇ ਉਹਨਾਂ ਦੇ ਮਨ 'ਚ ਆਜ਼ਾਦੀ ਦੀ ਭਾਵਨਾ ਪੈਦਾ ਹੋਈ। ਜਿਹੜਾ ਉੱਥੇ ਦੇ ਹਾਲਾਤ ਨੇ ਜਿਹਦੇ 'ਚ ਦੇਖਿਆ ਵੀ ਇੱਥੇ ਤਾਂ ਹਰ ਇੱਕ ਆਦਮੀ ਬਿਲਕੁਲ ਸਿੱਧਾ ਤਣ ਕੇ ਤੁਰਦਾ, ਇੱਥੇ ਦਾ ਜਿਹੜਾ ਮਜ਼ਦੂਰ ਹੈ ਉਹਨੂੰ ਕੋਈ ਮਜ਼ਦੂਰ ਨਹੀਂ ਸਮਝਦਾ। ਅਸੀਂ ਬਾਜ਼ਾਰਾਂ 'ਚ ਤੁਰੇ ਫਿਰਦੇ ਹਾਂ, ਅਸੀਂ ਵੀ ਮਜ਼ਦੂਰ ਹਾਂ, ਸਾਨੂੰ ਕੋਈ ਮਜ਼ਦੂਰ ਨਹੀਂ ਸਮਝਦਾ, ਕੋਈ ਨੀਵਾਂ ਬੰਦਾ। ਇਹਨੇ ਇੱਕ ਡਿਗਨਿਟੀ ਆਫ ਲੇਬਰ ਹੈ, ਇਹ ਡਿਗਨਿਟੀ ਆਫ ਲੇਬਰ ਦਾ ਜਿਹੜਾ ਮਾਹੌਲ ਹੈ ਇਹ ਅਹਿਸਾਸ ਜਦੋਂ ਸੋਚਣ ਲੱਗੇ ਵੀ ਇਹ ਕਿੱਦਾਂ ਹੈ ਬਈ। ਹੌਲੀ ਹੌਲੀ ਜਿਹੜੇ ਉੱਥੇ ਗਏ ਹੋਏ ਸੀ ਕੁਝ ਇਨਕਲਾਬੀ ਇੱਕ ਪੜ੍ਹੇ ਲਿਖੇ ਮੁੰਡੇ, ਉਹਨਾਂ ਨਾਲ ਗੱਲਬਾਤ ਹੁੰਦੀ ਸੀ ਤਾਂ ਉਹ ਕਹਿੰਦੇ ਵੀ ਅਸਲ ਵਿੱਚ ਗੱਲ ਇਹ ਹੈ, ਇਹ ਮੁਲਕ ਆਜ਼ਾਦ ਨੇ, ਇੱਥੇ ਲੋਕ ਆਪਣੇ ਮੁਲਕ ਦੇ ਆਪ ਮਾਲਕ ਨੇ, ਅਸੀਂ ਹੈਗੇ ਹਾਂ ਗੁਲਾਮ, ਸਾਡੇ ਉੱਤੇ ਹੈਗਾ ਅੰਗਰੇਜ਼ਾਂ ਦਾ ਗਲਬਾ। ਔਰ ਗੁਲਾਮੀ ਦੀ ਜਿਹੜੀ ਜ਼ਹਿਨੀਅਤ ਹੈ ਉਹਨੂੰ ਹਰ ਪਾਸੇ ਨਫ਼ਰਤ ਵੀ ਮਿਲਦੀ ਹੈ ਔਰ ਉਹਦੇ 'ਚ ਅਣਖ ਨਹੀਂ ਹੋ ਸਕਦੀ, ਰਾਜਨੀਤਿਕ ਸੋਚ ਨਹੀਂ ਆਉਂਦੀ। ਇਹਨਾਂ ਨੂੰ ਸਮਝਾਇਆ ਗਿਆ ਕਿ ਬਰਤਾਨੀਆ ਦੀ ਤਾਂ ਫੌਜਾਂ ਹੀ ਬੜੀਆਂ ਨੇ, ਸੂਰਜ ਨਹੀਂ ਛੁਪਦਾ, ਸਾਰੇ ਪਾਸੇ ਤਾਂ ਇਹਨਾਂ ਦੀਆਂ ਬਸਤੀਆਂ ਨੇ ਅਤੇ ਇਹਨਾਂ ਨੂੰ ਕੱਢਣਾ ਕੋਈ ਸੌਖਾ, ਇਹਨਾਂ ਕੋਲ ਮਿਲਟਰੀ ਫੋਰਸ ਇੰਨੀ ਜ਼ਿਆਦਾ, ਇੰਨੇ ਵੱਡੇ ਹਥਿਆਰ ਨੇ। ਪਰ ਇਹ ਸਮਝ ਆਉਂਦੀ ਹੈ ਵੀ ਭਾਈ ਅਸੀਂ ਹੈਗੇ ਹਾਂ 30 ਕਰੋੜ, ਜਿਹੜੇ ਇਹ ਗੋਰੇ ਬਾਹਰੋਂ ਆਏ ਨੇ ਇਹ ਲੱਖ ਸਵਾ ਲੱਖ ਹੋਏਗਾ, ਪਰ ਸਾਰੇ ਐਡੇ ਵੱਡੇ ਹਿੰਦੁਸਤਾਨ ਦੇ ਵਿੱਚ, ਅਤੇ ਲੱਖ ਸਵਾ ਲੱਖ ਬੰਦਾ 30 ਕਰੋੜ ਬੰਦਿਆਂ ਦੇ ਉੱਤੇ ਰਾਜ ਕਰੀ ਚੱਲੇ, ਇਹ ਤਾਂ ਇੱਦਾਂ ਜਿਵੇਂ ਭੇਡਾਂ ਨੂੰ ਹੱਕ ਕੇ ਕੋਈ ਆਦਮੀ ਕੰਮ ਕਰ ਰਿਹਾ ਹੁੰਦਾ। ਜੇ ਕਿਤੇ ਸਾਡੇ ਲੋਕਾਂ ਵਿੱਚ ਇਹ ਚੇਤਨਾ ਆ ਜਾਏ ਔਰ ਅਸੀਂ ਆਪਸ 'ਚ ਲੜਾਈ ਕਰਨ ਦੀ ਬਜਾਏ ਇਕੱਠੇ ਹੋ ਜਾਈਏ, ਫਿਰ ਇਹਨਾਂ ਦੇ ਕੀ ਮਜਾਲ ਇੱਥੇ ਟਿਕ ਸਕਣ। ਅਸੀਂ ਤਾਂ ਸਿਰਫ ਇੰਨੇ ਕਹਿ ਦਈਏ ਵੀ ਤੁਹਾਡਾ ਕਾਨੂੰਨ ਨਹੀਂ ਮੰਨਦੇ, ਇਹ ਤਾਂ ਹੀ ਨਹੀਂ ਇਹਦੀ ਗੱਲ ਚੱਲਣੀ। ਅਸੀਂ ਜੇ ਇਹਨਾਂ ਦੀ ਫੌਜਾਂ ਵਿੱਚ ਭਰਤੀ ਹੋਣਾ ਛੱਡ ਦਈਏ ਤਾਂ ਹੀ ਇਹਨਾਂ ਦਾ ਕੰਮ ਬੰਦ ਹੋ ਜਾਣਾ। ਜਿਹੜਾ ਇਹ ਅਹਿਸਾਸ ਹੈ ਕਿ ਸਾਡੀ ਤਾਕਤ ਕਿਸ ਗੱਲ 'ਚ ਹੈ, ਸਾਡੀ ਤਾਕਤ ਇਸ ਗੱਲ ਦੇ ਵਿੱਚ ਹੈ ਕਿ ਅਸੀਂ ਬਹੁਤ ਵੱਡੀ ਗਿਣਤੀ 'ਚ ਹੈਗੇ ਹਾਂ, ਸਾਡੇ ਉੱਤੇ ਜ਼ੁਲਮ ਹੋ ਰਿਹਾ, ਅਸੀਂ ਇਹਨੂੰ ਪਛਾਣਿਆ ਨਹੀਂ ਅੱਜ ਤੱਕ, ਸਾਡੀ ਸਾਰੀ ਦੌਲਤ ਤਾਂ ਲੁੱਟ ਕੇ ਲਈ ਜਾ ਰਹੇ ਨੇ ਬਾਹਰ। ਹਿੰਦੁਸਤਾਨੀ ਮਿਹਨਤਕਸ਼ਾਂ, ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ ਅਤੇ ਜਿਹੜੇ ਇੱਥੋਂ ਦੇਸ਼ ਤੋਂ ਛੱਡ ਕੇ ਗਏ ਇੰਟਲੈਕਚੁਅਲ ਸਨ, ਇਹ ਇਹਨਾਂ ਦੀ ਸਾਂਝੀ ਕੋਸ਼ਿਸ਼ ਦਾ ਨਤੀਜਾ ਸੀ। ਅਸੀਂ ਉਹਨੂੰ ਨਿਖੇੜ ਨਹੀਂ ਸਕਦੇ ਵੀ ਇਹਦੇ 'ਚ ਇੰਨਾ ਪਾਰਟ ਫੈਲਾਉਣਾ ਸੀ ਜਿਵੇਂ ਮਾਂ ਅਤੇ ਬਾਪ ਦੋਵਾਂ ਦੇ ਪ੍ਰਭਾਵ ਹੇਠਾਂ ਬੱਚਾ ਬਚਦਾ, ਕੋਈ ਗਰੋ ਅਪ ਕਰਦਾ, ਉਹਦੇ 'ਚ ਇਹ ਨਿਖੇੜਨਾ ਕਿ ਆਹ ਇਹਦਾ ਫਲਾਣੇ ਦਾ ਪ੍ਰਭਾਵ ਹੈ, ਆਹ ਫਲਾਣੇ ਦਾ ਪ੍ਰਭਾਵ ਹੈ। ਮੇਰਾ ਖਿਆਲ ਹੈ ਇਹ ਹੀ ਸੋਚਣਾ ਚਾਹੀਦਾ ਕਿ ਹੋ ਸਕਦਾ ਹੈ ਕਿ ਜਿਵੇਂ ਇੱਕ ਭਾਵਨਾ ਹੈ, ਹੁਣ ਇੱਕ ਬੰਦਾ ਭਾਵਨਾ ਹੈ, ਉਹ ਭਾਵਨਾ ਸਾਰਿਆਂ 'ਚ ਹੁੰਦੀ ਹੈ, ਲੇਕਿਨ ਉਹਨੂੰ ਪ੍ਰਗਟ ਕਰਨ ਵਾਸਤੇ ਕੋਈ ਕਲਾਕਾਰ ਹੁੰਦਾ ਜਾਂ ਪੜ੍ਹਿਆ ਲਿਖਿਆ ਬੰਦਾ ਹੁੰਦਾ ਜਿਹੜਾ ਉਹਨੂੰ ਲਫ਼ਜ਼ੀ ਰੂਪ ਦਿੰਦਾ। ਤਾਂ ਜੇ ਲਫ਼ਜ਼ੀ ਰੂਪ ਜਿਹੜਾ ਭਾਵਨਾ ਹੈ, ਭਾਵਨਾ ਉੱਥੇ ਹੈਗੀ ਹੈ, ਉਹ ਆਪਣੇ ਢੰਗ ਨਾਲ ਤੁਹਾਨੂੰ ਦਿੰਦਾ, ਲੇਕਿਨ ਜਦੋਂ ਉਹਨੂੰ ਕੋਈ ਚੰਗਾ ਸੂਝਵਾਨ ਬੰਦਾ ਮਿਲ ਜਾਂਦਾ ਜਿਵੇਂ ਲਾਲਾ ਹਰਦਿਆਲ ਸੀ, ਉਹਨਾਂ ਨੇ ਉਹਨਾਂ ਦੀ ਭਾਵਨਾਵਾਂ ਨੂੰ ਇੱਕ ਇਹੋ ਜਿਹਾ ਰੂਪ ਦਿੱਤਾ ਜਿਹੜਾ ਲੋਕਾਂ ਨੂੰ ਦੱਸਿਆ ਜਾ ਸਕਦਾ ਸੀ। ਲੇਕਿਨ ਇਹ ਨਹੀਂ ਕਿਸੇ ਇੱਕ ਬੰਦੇ, ਜਿਵੇਂ ਸ਼ਹੀਦ ਭਗਤ ਸਿੰਘ ਨੇ ਬੜੀ ਸੋਹਣੀ ਗੱਲ ਕਹੀ ਹੈ, ਕਹਿੰਦਾ ਜਿਹੜੀ ਸਿਚੁਏਸ਼ਨ ਕ੍ਰੀਏਟ ਕਰਦੀ ਹੈ ਉਹ ਹਾਲਾਤ ਕਰਦੇ, ਅਸੀਂ ਸਿਰਫ ਮੌਕੇ ਦਾ ਫਾਇਦਾ ਉਠਾਉਂਦੇ। ਲਾਲਾ ਹਰਦਿਆਲ ਆਪਣੇ ਆਪ ਕੁਛ ਵੀ ਨਹੀਂ, ਨਾ ਉਹ ਆਪਣੇ ਆਪ ਕੁਛ ਹੈ ਸਨ ਕਿ ਨਹੀਂ, ਇਟਸ ਅ ਮੂਟ ਕੁਐਸਚਨ, ਲੇਕਿਨ ਇਹ ਫੈਕਟ ਹੈਗਾ ਕਿ ਉਹਦੇ ਆਉਣ ਨਾਲ ਚੀਜ਼ ਨੂੰ ਬਲ ਮਿਲਿਆ, ਐਕਸਲੇਟ ਹੋ ਗਿਆ, ਉਹਦੇ ਨਾਲ ਚੀਜ਼ ਆਸਾਨ ਹੋ ਗਈ, ਰਸਤਾ ਆਸਾਨ ਹੋ ਗਿਆ। ਉਹਨਾਂ ਦਿਨਾਂ ਵਿੱਚ ਅਮਰੀਕਾ ਤਿਜਾਰਤ ਦੇ ਨਜ਼ਰੀਏ ਤੋਂ ਪੈਨਾਮਾ ਨਹਿਰ ਤੇ ਬੜੀ ਤੇਜ਼ੀ ਨਾਲ ਕੰਮ ਕਰਵਾ ਰਿਹਾ ਸੀ। ਮਜ਼ਦੂਰੀ ਦੇ ਅੱਛੇ ਮੌਕੇ ਦੀ ਭਾਲ ਵਿੱਚ ਅਮਰ ਸਿੰਘ ਵੀ ਪੈਨਾਮਾ ਨੂੰ ਚੱਲ ਪਏ। ਕਲੋਨ ਵਿੱਚ ਕੁਝ ਸਮਾਂ ਗੁਜ਼ਾਰਨ ਤੋਂ ਬਾਅਦ ਅਮਰ ਸਿੰਘ ਆਪਣੇ ਸਾਥੀਆਂ ਦੇ ਨਾਲ ਅੰਪਾਇਰ ਸ਼ਹਿਰ ਦੀ ਬੰਦਰਗਾਹ ਤੇ ਚਲੇ ਗਏ, ਜਿੱਥੇ ਉਹਨਾਂ ਦੀ ਮੁਲਾਕਾਤ
ਬਾਬਾ ਜਵਾਲਾ ਸਿੰਘ ਠੱਠੀਆਂ ਅਤੇ ਉਸਦੇ ਸਾਥੀਆਂ ਨਾਲ ਹੋਈ, ਜੋ ਕਿ ਬਾਅਦ ਵਿੱਚ ਗਹਿਰੀ ਦੋਸਤੀ ਵਿੱਚ ਬਦਲ ਗਈ ਅਤੇ ਜਵਾਲਾ ਸਿੰਘ ਦੇ ਅਮਰੀਕਾ ਚਲੇ ਜਾਣ ਤੋਂ ਬਾਅਦ ਵੀ ਚਿੱਠੀਆਂ ਰਾਹੀਂ ਕਾਇਮ ਰਹੀ। ਪਨਾਮਾ ਨਹਿਰ ਦਾ ਕੰਮ 1914 ਤੱਕ ਚੱਲਦਾ ਰਿਹਾ। ਰੋਜ਼ਗਾਰ ਦੇ ਵੱਧ ਅਤੇ ਵਧੀਆ ਮੌਕੇ ਆਉਂਦੇ ਰਹੇ। ਅਮਰ ਸਿੰਘ ਨੇ ਸੈਂਕੜੇ ਹੀ ਭਾਰਤੀ ਲੋਕਾਂ ਦੀਆਂ ਜ਼ਮਾਨਤਾਂ ਦੇ ਕੇ ਉਹਨਾਂ ਨੂੰ ਉੱਥੇ ਦਾਖਲ ਹੋਣ ਅਤੇ ਕੰਮ ਲੱਭਣ ਵਿੱਚ ਮਦਦ ਕੀਤੀ। ਅਮਰ ਸਿੰਘ ਦੀ ਸਹਾਇਤਾ ਕਰਕੇ ਇੱਥੇ ਪੰਜਾਬੀਆਂ ਦੀ ਇੱਕ ਵੱਡੀ ਗਿਣਤੀ ਸਥਾਪਿਤ ਹੋ ਗਈ। ਮਿਹਨਤ ਮਜ਼ਦੂਰੀ ਕਰਨ ਦੇ ਨਾਲ ਨਾਲ ਅਮਰ ਸਿੰਘ ਨੇ ਡੱਗੀ ਲਾ ਕੇ ਕੱਪੜਾ ਵੇਚਣਾ ਸ਼ੁਰੂ ਕੀਤਾ। ਉਹ ਭਾਵੇਂ ਅਨਪੜ੍ਹ ਸਨ, ਪਰ ਉਹਨਾਂ ਦੀ ਸੂਝ-ਬੂਝ, ਮਿਹਨਤ ਅਤੇ ਦੂਰਅੰਦੇਸ਼ੀ ਨੇ ਇਸ ਕਾਰੋਬਾਰ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ ਅਤੇ ਇਹ ਕੰਮ ਵੱਧਾ ਵੱਧਾ ਕੰਪਨੀਆਂ ਵਿੱਚ ਤਬਦੀਲ ਹੋ ਗਿਆ। 1911 ਵਿੱਚ ਬਣਾਈ ਪਹਿਲੀ ਕੰਪਨੀ ਵਿੱਚ ਅਮਰ ਸਿੰਘ ਦੇ ਨਾਲ ਭਾਈ ਵਰਿਆਮ ਸਿੰਘ ਅਤੇ ਭਾਈ ਕਾਲਾ ਸਿੰਘ ਭਾਈਵਾਲ ਸਨ। ਇਹ ਵੀ ਕਾਲਾ ਸਿੰਘ ਐਂਡ ਕੰਪਨੀ ਦੀ ਪ੍ਰਸਿੱਧੀ ਤੇ ਅਮਰ ਸਿੰਘ ਦੇ ਪਰਉਪਕਾਰੀ ਸੁਭਾਅ ਕਰਕੇ ਉਹਨਾਂ ਨੂੰ ਕਾਰੋਬਾਰ ਦੇ ਨਾਲ ਨਾਲ ਇੱਜ਼ਤ ਵੀ ਮਿਲੀ। ਇਹ ਵੀ ਕਾਲਾ ਸਿੰਘ ਐਂਡ ਕੰਪਨੀ ਦਾ ਕੰਮ ਇੰਨਾ ਵੱਧ ਗਿਆ ਕਿ ਅੱਗੇ ਚੱਲ ਕੇ ਅਮਰ ਸਿੰਘ ਨੇ ਇੱਕ ਹੋਰ ਕੰਪਨੀ ਡੀ ਪੀ ਅਮਰ ਸਿੰਘ ਐਂਡ ਬ੍ਰਦਰਸ ਆਫ ਕਲੋਨ ਬਣਾ ਲਈ। ਇਸ ਵਿੱਚ ਅਮਰ ਸਿੰਘ ਦੇ ਭਰਾ ਪੂਰਨ ਸਿੰਘ ਭਾਈਵਾਲ ਬਣੇ। ਉਹ ਸਿੱਧਾ ਜਰਮਨੀ, ਚੀਨ, ਜਪਾਨ ਤੇ ਅਮਰੀਕਾ ਤੋਂ ਕੱਪੜਾ ਮੰਗਵਾ ਕੇ ਵੇਚਦੇ, ਜਿਸ ਨਾਲ ਉਹਨਾਂ ਨੂੰ ਕਾਫੀ ਮੁਨਾਫਾ ਹੁੰਦਾ ਸੀ। ਇਤਨੇ ਰੁਝੇਵਿਆਂ ਦੇ ਬਾਵਜੂਦ ਅਮਰ ਸਿੰਘ ਰਾਜਨੀਤਿਕ ਸਰਗਰਮੀਆਂ ਬਾਰੇ ਪੂਰੀ ਜਾਣਕਾਰੀ ਰੱਖਦੇ ਸਨ। ਫਿਰ ਉਹ ਉਹਨਾਂ ਦਿਨਾਂ ਦੇ ਵਿੱਚ ਬਾਬਾ ਜਵਾਲਾ ਸਿੰਘ ਠੱਠੀਆ ਅਮਰੀਕਾ ਗਏ ਸੀ ਤੇ ਦੇਸ਼ ਦੀ ਜੋ ਹਾਲਤ ਸੀ ਉਹ ਆਪਣੀਆਂ ਚਿੱਠੀਆਂ ਦੇ ਰਾਹੀਂ ਇੱਕ ਦੂਜੇ ਨਾਲ ਸਾਂਝੀ ਕਰਦੇ ਹੁੰਦੇ ਸੀ। ਬਾਬਾ ਜਵਾਲਾ ਸਿੰਘ ਨੇ ਇਹਨਾਂ ਨੂੰ ਲਿਖਿਆ ਕਿ ਅਸੀਂ ਗਦਰ ਕਰਨ ਦੀਆਂ ਤਿਆਰੀਆਂ ਕਰ ਰਹੇ ਹਾਂ, ਅਸੀਂ ਇੱਕ ਕਮੇਟੀ ਦਾ ਗਠਨ ਕੀਤਾ ਹੈ। ਉਸੇ ਭਾਵਨਾ 'ਚੋਂ ਬਾਬਾ ਅਮਰ ਸਿੰਘ ਸੰਧਵਾ ਨੇ ਪਨਾਮਾ ਦੇ ਵਿੱਚ ਗਦਰ ਪਾਰਟੀ ਦਾ ਗਠਨ ਕੀਤਾ। ਇਹਦਾ ਮੇਰੇ ਕੋਲ ਜਿਹੜਾ ਪ੍ਰਮਾਣ ਹੈ, ਸਰਕਾਰੀ ਪ੍ਰਮਾਣ ਹੈ ਕਿ 1916 ਨੂੰ ਗਦਰ ਪਾਰਟੀ ਦਾ ਇਸ ਤੋਂ ਪਹਿਲਾਂ ਗਠਨ ਹੋਇਆ। ਇੱਕ ਇਹਨਾਂ ਦਾ ਜਿਹੜਾ ਵਫਦ ਹੈ ਉਹ ਪ੍ਰੀਤਮ ਸਿੰਘ ਭਗਵਾਨ ਨਾਲ ਵਧੀਕੀ ਹੁੰਦੀ ਹੈ ਅਤੇ ਕਿ ਉਹਨੂੰ ਤੁਰਕੀ ਕਹਿ ਕੇ ਉੱਧਰ ਦੀ ਸਰਕਾਰ ਜਿਹੜੀ ਆ ਕਰਦੀ ਹੈ ਅਤੇ ਇੱਕ ਵਫਦ ਦੇ ਰੂਪ 'ਚ ਮਿਲੇ ਆ। ਉਹ ਵਫਦ ਦੇਸ਼ ਭਗਤ ਜਾਦਗਰ ਜਿਹੜੀ ਇਹਨਾਂ ਨੇ ਦੇਸ਼ ਨਹੀਂ ਗਦਰ ਪਾਰਟੀ ਕਮੇਟੀ ਬਣਾਈ ਆ ਪਨਾਮਾ ਦੀ, ਉਹਦੇ ਪ੍ਰਧਾਨ ਦੀ ਹੈਸੀਅਤ 'ਚ ਬਾਬਾ ਅਮਰ ਸਿੰਘ ਸੰਧਵਾ ਨੇ ਇਹਦੇ 'ਚ ਪਹਿਲਕਦਮੀ ਕੀਤੀ, ਸਰਕਾਰ ਨੂੰ ਮਿਲੇ ਔਰ ਉਸ ਵਧੀਕੀ ਦੇ ਖਿਲਾਫ ਇਹ ਲੜੇ। ਉਸ ਤੋਂ ਬਾਅਦ ਲਗਾਤਾਰ ਇਹ ਜਿਹੜੇ ਉੱਥੇ ਭਾਰਤੀ ਰਹਿੰਦੇ ਸੀ ਉਹਨਾਂ ਨੂੰ ਇਸ ਗੱਲ ਲਈ ਪ੍ਰੇਰਿਤ ਕਰਦੇ ਸੀ ਕਿ ਆਪਾਂ ਗੁਲਾਮ ਹਾਂ, ਆਪਾਂ ਨੇ ਗੁਲਾਮੀ ਦਾ ਜੂਲਾ ਲਾਉਣ ਲਈ, ਆਜ਼ਾਦੀ ਹਾਸਲ ਕਰਨ ਲਈ ਆਪਾਂ ਦੇ ਚੇਤਨਾ ਆਉਣੀ ਚਾਹੀਦੀ ਆ, ਆਪਾਂ ਗਦਰ ਪਾਰਟੀ ਦੇ ਮੈਂਬਰ ਬਣੀਏ ਅਤੇ ਤਾਂ ਹੀ ਆਪਾਂ ਇਹ ਮਸਲਾ ਹੱਲ ਕਰ ਸਕਦੇ ਹਾਂ। ਇਹ ਲਗਾਤਾਰ ਸਿਲਸਿਲਾ ਚੱਲਦਾ ਰਿਹਾ, ਗਦਰ ਪਾਰਟੀ ਕਾਫੀ ਵੱਡੀ ਬਣਦੀ ਗਈ। ਪਨਾਮਾ ਗਦਰ ਪਾਰਟੀ ਦੀ ਹਫ਼ਤੇਵਾਰੀ ਮੀਟਿੰਗ ਅਮਰ ਸਿੰਘ ਜਾਂ ਭਾਈ ਰਲਾ ਸਿੰਘ ਦੀ ਰਿਹਾਇਸ਼ ਤੇ ਹੁੰਦੀ, ਜਿੱਥੇ ਸਿੰਧੀਆਂ ਨੂੰ ਵੀ ਪ੍ਰਧਾਨਗੀ ਕਰਨ ਦਾ ਮਾਣ ਦਿੱਤਾ ਜਾਂਦਾ। ਇੱਥੋਂ ਦਾ ਪਾਰਟੀ ਯੂਨਿਟ ਆਰਥਿਕ ਪੱਖੋਂ ਬਹੁਤ ਮਜ਼ਬੂਤ ਸੀ, ਜੋ ਕਿ ਗਦਰ ਹੈੱਡਕੁਆਰਟਰ ਨੂੰ ਸਮੇਂ-ਸਮੇਂ ਸਿਰ ਮਾਲੀ ਸਹਾਇਤਾ ਪਹੁੰਚਦੀ ਕਰਦਾ ਸੀ। 1922 ਵਿੱਚ ਭਾਈ ਰਤਨ ਸਿੰਘ ਡੱਬਾ ਨੇ ਮਾਸਕੋ ਤੋਂ ਲਿਆਂਦੇ ਨਵੇਂ ਪ੍ਰੋਗਰਾਮ ਬਾਰੇ ਪੈਨਮਾ ਦੇ ਹਿੰਦੀਆਂ ਨੂੰ ਜਾਣੂ ਕਰਵਾਇਆ। ਜਿਉਂ ਜਿਉਂ ਪੈਨਮਾ ਵਿੱਚ ਗਦਰ ਪਾਰਟੀ ਮਜ਼ਬੂਤ ਹੁੰਦੀ ਗਈ, ਇਹਨਾਂ ਤੇ ਅੰਗਰੇਜ਼ੀ ਖੁਫੀਆ ਵਿਭਾਗ ਦੀ ਚੌਕਸੀ ਵਧਦੀ ਗਈ। 1924 ਵਿੱਚ ਹਿੰਦੀਆਂ ਨੂੰ ਇਮੀਗ੍ਰੇਸ਼ਨ ਕਾਨੂੰਨ ਹੇਠਾਂ ਮੈਕਸੀਕੋ ਉਤਰਨ ਨਾ ਦਿੱਤਾ ਗਿਆ। ਮੈਕਸੀਕੋ ਵਿੱਚ ਕਾਲੇ, ਭੂਰੇ, ਪੀਲੇ ਲੋਕਾਂ ਦਾ ਦਾਖਲਾ ਬੰਦ ਕਰ ਦਿੱਤਾ ਗਿਆ ਸੀ। ਪੈਨਮਾ ਵਿੱਚ ਵੀ ਇਹ ਪਾਬੰਦੀ ਲਗਾ ਦਿੱਤੀ ਗਈ ਸੀ। ਭਾਈ ਅਮਰ ਸਿੰਘ ਸੰਧਵਾ ਅਤੇ ਉਹਨਾਂ ਦੇ ਸਾਥੀ ਤੁਰੰਤ ਪੈਨਮਾ ਦੇ ਗਵਰਨਰ ਨੂੰ ਮਿਲੇ ਤੇ ਯਾਤਰੂਆਂ ਦੇ ਹਾਲਾਤਾਂ ਤੇ ਮਜ਼ਬੂਰੀਆਂ ਬਾਰੇ ਦੱਸਿਆ ਕਿ ਇਹ ਲੋਕ ਤਾਂ ਆਪਣਾ ਘਰ ਬਾਰ ਵੇਚ ਕੇ ਇੱਥੇ ਪਹੁੰਚੇ ਨੇ, ਜਿਨ੍ਹਾਂ ਦਾ ਹੁਣ ਕੋਈ ਹੋਰ ਟਿਕਾਣਾ ਵੀ ਨਹੀਂ, ਇਸ ਕਰਕੇ ਇਹਨਾਂ ਨੂੰ ਹੋਰ ਪਰੇਸ਼ਾਨ ਨਾ ਕੀਤਾ ਜਾਵੇ। ਗਵਰਨਰ ਉਹਨਾਂ ਦੀਆਂ ਦਲੀਲਾਂ ਸੁਣ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਜ਼ਮਾਨਤਾਂ ਲੈ ਕੇ ਉਹਨਾਂ ਨੂੰ ਤੁਰੰਤ ਪੈਨਮਾ ਉਤਰਨ ਦੀ ਇਜਾਜ਼ਤ ਦੇ ਦਿੱਤੀ।
ਪੈਨਮਾ ਵਿਖੇ ਅਮਰ ਸਿੰਘ ਸੰਧਵਾ ਦੀਆਂ ਸਰਗਰਮੀਆਂ ਵਿੱਚ ਬੇਸ਼ੁਮਾਰ ਭਾਰਤੀਆਂ ਨੇ ਯੋਗਦਾਨ ਪਾਇਆ, ਜਿਸ ਵਿੱਚ ਉਹਨਾਂ ਦੇ ਪਰਿਵਾਰ ਤੋਂ ਪੂਰਨ ਸਿੰਘ ਸੰਧਵਾ ਤੇ ਧਰਮ ਸਿੰਘ ਵਿਰਕ ਵੀ ਸ਼ਾਮਿਲ ਸਨ। 1928 ਵਿੱਚ ਦੇਸ਼ ਪ੍ਰੇਮ ਸਦਕਾ ਅਮਰ ਸਿੰਘ ਸੰਧਵਾ ਪੈਨਮਾ ਵਿੱਚ ਆਪਣਾ ਜੰਮਿਆ ਜਮਾਇਆ ਕਾਰੋਬਾਰ ਤੇ ਗਦਰ ਪਾਰਟੀ ਦੀ ਜ਼ਿੰਮੇਦਾਰੀ ਆਪਣੇ ਭਰਾਵਾਂ ਪੂਰਨ ਸਿੰਘ ਸੰਧਵਾ, ਧਰਮ ਸਿੰਘ ਵਿਰਕ ਤੇ ਹੋਰ ਸਾਥੀਆਂ ਨੂੰ ਸੌਂਪ ਕੇ ਹਿੰਦੁਸਤਾਨ ਪਰਤ ਆਏ। ਬਾਅਦ ਵਿੱਚ ਧਰਮ ਸਿੰਘ ਵਿਰਕ ਪੈਨਾਮਾ ਵਿਖੇ 1936 ਦੀਆਂ ਗਦਰ ਪਾਰਟੀ ਦੀਆਂ ਚੋਣਾਂ ਵਿੱਚ ਮੀਤ ਪ੍ਰਧਾਨ ਬਣੇ। ਭਾਰਤ ਪਰਤ ਕੇ ਅਮਰ ਸਿੰਘ ਸੰਧਵਾ ਨੇ ਉਸ ਸਮੇਂ ਚੱਲ ਰਹੀਆਂ ਕਿਰਤੀ ਕਿਸਾਨ ਲਹਿਰ ਅਤੇ ਨੌਜਵਾਨ ਭਾਰਤ ਸਭਾ ਆਦਿ ਇਨਕਲਾਬੀ ਲਹਿਰਾਂ ਵਿੱਚ ਵੀ ਹਿੱਸਾ ਪਾਇਆ। ਉਹ ਦੇਸ਼ ਭਗਤਾਂ, ਆਜ਼ਾਦੀ ਗੁਲਾਟੀਆਂ ਤੇ ਗਦਰੀਆਂ ਨੂੰ ਹਮੇਸ਼ਾ ਮਾਲੀ ਤੇ ਕਾਨੂੰਨੀ ਮਦਦ ਦੇਣ ਲਈ ਤਤਪਰ ਰਹੇ। ਅਮਰ ਸਿੰਘ ਸੰਧਵਾ ਹਮੇਸ਼ਾ ਇਹ ਯਕੀਨੀ ਬਣਾਉਣ ਵਿੱਚ ਲੱਗੇ ਰਹੇ ਕਿ ਇਹਨਾਂ ਸਰਫਰੋਸ਼ਾਂ ਤੇ ਇਹਨਾਂ ਦੇ ਪਰਿਵਾਰਾਂ ਦੀ ਮਦਦ ਵਾਸਤੇ ਕੋਈ ਨਾ ਕੋਈ ਪਿੱਛੇ ਜ਼ਰੂਰ ਹੋਣਾ ਚਾਹੀਦਾ ਹੈ। ਬੇਸ਼ੱਕ ਕਿ ਅਮਰ ਸਿੰਘ ਨੇ ਉਹਨਾਂ ਤੱਕ ਪਹੁੰਚ ਕਰਨ ਵਾਲੇ ਹਰ ਜ਼ਰੂਰਤਮੰਦ ਦੀ ਮਦਦ ਕੀਤੀ, ਪਰ ਉਹਨਾਂ ਦੀ ਪ੍ਰਾਥਮਿਕਤਾ ਦੇਸ਼ ਭਗਤਾਂ ਦੀ ਸਹਾਇਤਾ ਕਰਨਾ ਸੀ, ਚਾਹੇ ਉਹ ਪੈਸਿਆਂ ਦੀ ਹੋਵੇ ਜਾਂ ਰੂਪੋਸ਼ ਹੋਣ ਸਮੇਂ ਉਹਨਾਂ ਨੂੰ ਸੰਭਾਲਣ ਦੀ। ਉਹ ਜੇਲ੍ਹਾਂ ਵਿੱਚ ਬੰਦ ਗਦਰ ਨਾਲ ਜੁੜੇ ਕੈਦੀਆਂ ਲਈ ਲੋੜੀਂਦੀਆਂ ਚੀਜ਼ਾਂ ਪਹੁੰਚਾਉਂਦੇ ਰਹੇ। ਸਾਂਡਰਸ ਕਤਲ ਕੇਸ ਦੇ ਵਿੱਚ ਭਗਤ ਸਿੰਘ ਨੂੰ ਜਿਹੜੀ ਆ ਫਾਂਸੀ ਦੇ ਹੁਕਮ ਹੋ ਗਏ ਸੀ, ਅਤੇ ਜਿਹੜੇ ਸਾਡੇ ਹਿੰਦੁਸਤਾਨੀ ਸੀ ਉਹ ਬਾਬਾ ਜੀ ਨੂੰ ਕਹਿੰਦੇ ਸੀ ਕਿ ਜੇ ਤੁਸੀਂ ਮਹਾਤਮਾ ਗਾਂਧੀ ਨੂੰ ਮਿਲੋ ਤਾਂ ਇਹ ਜਿਹੜਾ ਨੌਜਵਾਨ ਆ, ਜਿਹੜੇ 3 ਨੌਜਵਾਨ ਫਾਂਸੀ ਲੱਗ ਰਹੇ ਆ, ਇਹਨਾਂ ਨੂੰ ਫਾਂਸੀ ਤੋਂ ਬਚਾਇਆ ਜਾ ਸਕਦਾ ਹੈ। ਬਾਬਾ ਜੀ ਇਲਾਹਾਬਾਦ ਗਏ, ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਨੂੰ ਮਿਲੇ। ਅਚਾਨਕ ਇਹ ਹੋਇਆ ਕਿ ਉਹਨਾਂ ਦਿਨਾਂ 'ਚ ਮੋਤੀ ਲਾਲ ਨਹਿਰੂ ਦੀ ਡੈਥ ਹੋਈ ਸੀ, ਅਤੇ ਉਦੋਂ ਉਹਨਾਂ ਦਿਨਾਂ 'ਚ ਉਹਨਾਂ ਨੂੰ ਮਿਲਣ ਦਾ ਮੌਕਾ ਮਿਲ ਗਿਆ। ਇਹਨਾਂ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਜਿਹੜੇ ਸਾਡੇ ਨੌਜਵਾਨ ਆ, ਇਹਨਾਂ ਨੂੰ ਫਾਂਸੀ ਨਹੀਂ ਲੱਗਣੀ ਚਾਹੀਦੀ, ਇਹਨਾਂ ਨੂੰ ਫਾਂਸੀ ਤੋਂ ਬਚਾਉਣਾ ਚਾਹੀਦਾ ਹੈ। ਅਤੇ ਪਰ ਮਹਾਤਮਾ ਗਾਂਧੀ ਦਾ ਉੱਤਰ ਜਿਹੜਾ ਸੀ ਉਹ ਬੜਾ ਹੀ ਨਿਰਾਸ਼ਾਜਨਕ ਸੀ। ਉਹਨਾਂ ਨੇ ਕਿਹਾ ਕਿ ਮੈਂ ਇਹਨਾਂ ਕ੍ਰਾਂਤੀਕਾਰੀਆਂ ਦੀ ਕੋਈ ਮਦਦ ਨਹੀਂ ਕਰਨਾ ਚਾਹੁੰਦਾ, ਮੇਰੇ ਵੱਲੋਂ ਭਾਵੇਂ ਸਾਰੇ ਮਾਰੇ ਜਾਣ। ਉਹ ਜਿਹੜੀ ਉਸ ਸਮੇਂ ਦੀ ਘਟਨਾ ਹੈ, ਉਹਨਾਂ ਤੋਂ ਬਾਬਾ ਅਮਰ ਸਿੰਘ ਸੰਧਵਾ ਜੀ ਦਾ ਮਨ ਇੰਨਾ ਚੁੱਕਿਆ ਗਿਆ ਕਿ ਜਿਹੜੀ ਮਦਦ ਉਹ ਕਾਂਗਰਸ ਦੀ ਕਰਨ ਲਈ ਲਿਆਏ ਸੀ, ਉਹਨਾਂ ਨੇ ਉਸ ਗੱਲ ਤੋਂ ਮਨ ਪਰੇਸ਼ਾਨ ਹੋ ਕੇ ਉਹ ਮਦਦ ਨਹੀਂ ਕੀਤੀ ਅਤੇ ਉਹਨਾਂ ਨੇ ਉਹੋ ਹੀ ਮਦਦ ਕਿਰਤੀ ਅਖਬਾਰ ਨੂੰ ਦੇ ਦਿੱਤੀ। ਅਤੇ ਇੱਥੇ ਜਿਹੜੀ ਆ ਇਹ ਸਾਨੂੰ ਗੱਲ ਲੱਗਦੀ ਹੈ ਕਿ ਨਿਰਾ ਬਾਬਾ ਜੀ ਨੇ ਇਹੋ ਹੀ ਨਹੀਂ ਕੀਤਾ ਕਿ ਪੈਸੇ ਕਮਾ ਕੇ ਸੰਸਥਾਵਾਂ ਨੂੰ ਧਿਆਨ ਦਿੱਤਾ ਹੈ, ਉਹਨਾਂ ਨੇ ਜਿਹੜੀਆਂ ਦੇਸ਼ ਦੀਆਂ ਕ੍ਰਾਂਤੀਕਾਰੀ ਘਟਨਾਵਾਂ ਨੇ ਉਹਨਾਂ ਦੇ ਵਿੱਚ ਵੀ ਆਪਣਾ ਬਹੁਤ ਹੀ ਅਹਿਮ ਯੋਗਦਾਨ ਪਾਇਆ ਹੈ। ਇਹਨਾਂ ਦਾ ਥੋਕ ਦਾ ਵਪਾਰ ਸੀ, ਬੜੀ ਕਮਾਈ ਸੀ, ਅਤੇ ਜੈਤੋਂ ਦਾ ਮੋਰਚਾ ਲੱਗ ਗਿਆ। ਵਿਦੇਸ਼ਾਂ ਵਿੱਚੋਂ ਸ਼ਹੀਦੀ ਜਥੇ ਪੰਜਾਬ ਦੇ ਵਿੱਚ ਆਏ ਕੁਰਬਾਨੀਆਂ ਕਰਨ ਲਈ, ਅਤੇ ਜਦੋਂ ਉਹ ਦਰਬਾਰ ਸਾਹਿਬ ਵਿੱਚ ਜਾਂਦੇ ਸੀ ਜਥੇ, ਅਤੇ ਉੱਥੇ ਜਗ੍ਹਾ ਨਹੀਂ ਸੀ ਹੁੰਦੀ, ਮਾੜਾ ਮੌਸਮ ਬਰਸਾਤ ਦੇ ਸਮੇਂ ਸਿਰ ਲੁਕਾਉਣ ਨੂੰ ਕੋਈ ਇਹੋ ਜਿਹੀ ਜਗ੍ਹਾ ਨਹੀਂ ਸੀ। ਅਤੇ ਕਮੇਟੀ ਵੱਲੋਂ ਅਖਬਾਰਾਂ ਦੇ ਵਿੱਚ ਛਾਇਆ ਕੀਤਾ ਗਿਆ ਕਿ 5 ਪੈਸਾ ਫੰਡ ਦਿੱਤਾ ਜਾਵੇ, ਲੋਕ ਉਹਦੇ ਵਿੱਚ ਹਿੱਸਾ ਪਾਉਣ, ਤਾਂ ਕਿ ਇੱਥੇ ਇੱਕ ਸਰਾਂ ਬਣਾਈ ਜਾਵੇ। ਉਹ ਸਰਾਂ ਜਿੱਥੇ ਸੱਤਿਆਗ੍ਰਹੀਏ ਜਾਂ ਸੰਗਤਾਂ ਜਿਹੜੀਆਂ ਆਉਂਦੀਆਂ ਉਹ ਆਰਾਮ ਨਾਲ ਠਹਿਰ ਸਕਣ। ਸੋ ਬਾਬਾ ਅਮਰ ਸਿੰਘ ਹੋਣਾ ਨੂੰ ਜਦੋਂ ਪਨਾਮਾ ਦੇ ਵਿੱਚ ਇਹ ਖਬਰ ਅਕਾਲੀ ਅਤੇ ਪ੍ਰਦੇਸੀ ਅਖਬਾਰ ਅੰਮ੍ਰਿਤਸਰ ਤੋਂ ਛਾਪਦਾ ਸੀ, ਉਹ ਵਿਦੇਸ਼ਾਂ ਵਿੱਚ ਵੀ ਜਾਂਦਾ ਸੀ, ਉਹਦੇ ਵਿੱਚ ਪੜ੍ਹਿਆ 5 ਪੈਸਾ ਫੰਡ। ਅਤੇ ਬਾਬਾ ਜੀ ਹੁਣੀ ਤਾਂ ਜੋ ਆਪਣੇ ਸਾਥੀਆਂ ਕੋਲੋਂ ਇਕੱਠਾ ਕਰ ਸਕੇ 5,000 ਰੁਪਈਆ, ਪਰ ਆਪਣੇ ਕੋਲੋਂ 10,500 ਦੇ ਕਰੀਬ ਕੋਲੋਂ ਹੀ ਪਾ ਤਾ, ਅਤੇ 15,000 ਕੁਛ ਰੁਪਈਏ ਜਿਹੜੇ ਪਨਾਮਾ ਵਿੱਚੋਂ ਬਾਬੇ ਹੁਣਾਂ ਨੇ ਸ਼੍ਰੋਮਣੀ ਕਮੇਟੀ ਨੂੰ ਭੇਜੇ, ਜਿਹਦੇ ਨਾਲ ਗੁਰੂ ਰਾਮਦਾਸ ਰਾਂ ਜਿਹੜੀ ਅੱਜ ਵੀ ਸਭਾਏ ਮਾਨ ਆ ਉਹ ਸ਼ੁਰੂ ਕੀਤੀ, ਕਿਉਂਕਿ ਬਾਬਾ
ਈਸ਼ਰ ਸਿੰਘ ਮਰਹਾਣਾ ਜਿਹੜੇ ਗਦਰ ਲਹਿਰ ਦੇ ਦੇਸ਼ ਭਗਤ ਸਨ, ਉਹ ਉਸ ਵੇਲੇ ਜੁਆਇੰਟ ਛੋਟੇ ਪ੍ਰਧਾਨ ਸੀ ਦਰਬਾਰ ਸਾਹਿਬ ਕਮੇਟੀ ਦੇ, ਉਹਨਾਂ ਦੀ ਦੇਖ ਰੇਖ ਹੇਠ ਉਹ ਗੁਰੂ ਰਾਮਦਾਸ ਰਾਮ ਬਣੀ। ਜਪਾਨ ਤੋਂ ਕੱਪੜਾ ਮੰਗਵਾਉਣ ਕਰਕੇ ਅਮਰ ਸਿੰਘ ਦੀ ਜਪਾਨੀਆਂ ਨਾਲ ਗੂੜੀ ਸਾਂਝ ਸੀ। 1 ਸਤੰਬਰ 1923 ਨੂੰ ਜਪਾਨ ਦੇ ਟੋਕੀਓ ਯੋਕਾਹਾਮਾ ਵਿੱਚ ਆਏ ਭੂਚਾਲ ਕਰਕੇ ਬਹੁਤ ਸਾਰੇ ਜਾਨ ਮਾਲ ਦਾ ਨੁਕਸਾਨ ਹੋਇਆ। ਭੂਚਾਲ ਕਾਰਨ ਆਈ ਤਬਾਹੀ ਦਾ ਦਰਦ ਉਹ ਝੱਲ ਨਹੀਂ ਸਕੇ ਅਤੇ ਫੌਰਨ ਹੀ ਆਪਣੇ ਸਾਥੀਆਂ ਨਾਲ ਰਲ ਕੇ ਪੈਸੇ ਇਕੱਠੇ ਕੀਤੇ ਅਤੇ ਆਪਣੇ ਭਰਾ ਪੂਰਨ ਸਿੰਘ ਰਾਹੀਂ ਪੈਨਮਾ ਦੀ ਰੈੱਡ ਕਰਾਸ ਬ੍ਰਾਂਚ ਦੀ ਮਾਰਫਤ ਜਪਾਨੀਆਂ ਲਈ ਮਾਇਕ ਇਮਦਾਦ ਭੇਜੀ। ਇਹ ਉਹਨਾਂ ਦੇ ਦੇਸ਼ ਦੇਸਾਂਤਰਾਂ ਦੇ ਹੱਦਾਂ ਬੰਨੇ ਟੱਪ ਕੇ ਮਾਨਵੀ ਸੇਵਾ ਵਾਲੇ ਸੁੱਚੇ ਕਿਰਦਾਰ ਅਤੇ ਪਰਉਪਕਾਰੀ ਹੋਣ ਦੀ ਮਿਸਾਲ ਸੀ। ਆਪਣੇ ਲੋਕਾਂ ਨੂੰ ਪਾਣੀ ਪਿਲਾਉਣ ਵਾਸਤੇ ਪੌ ਬਿਠਾ ਲੈਂਦਾ ਸੀ, ਨਾ ਬੰਦਾ ਬਿਠਾ ਲੈਂਦਾ ਸੀ ਜਿਹੜਾ ਆਉਣ ਜਾਣ ਵਾਲਿਆਂ ਨੂੰ ਪਾਣੀ ਪਿਆਉਂਦਾ ਸੀਗਾ। ਬਹੁਤ ਵਧੀਆ ਉਹਨੂੰ ਸਿਸਟਮ ਬਣਾਇਆ ਹੁੰਦਾ ਸੀ ਬਾਬਾ ਜੀ ਨੇ, ਹੈ ਨਾ। ਸਾਰੇ ਜਿਹੜੇ ਵੀ ਆਉਂਦੇ ਜਾਂਦੇ ਆ ਸਾਰਿਆਂ ਨੂੰ ਆਰਾਮ ਕਰਨ ਵਾਸਤੇ ਪਾਣੀ ਪਿਲਾਉਂਦੇ ਸੀਗੇ। ਬਹੁਤ ਭਾਰੀ ਲੋਹੇ ਦੀ ਅਲਮਾਰੀ 6-7 ਕੁਇੰਟਲ ਦੀ ਹੁੰਦੀ ਸੀਗੀ, ਜਿਹੜੀ ਉਹ ਉਹਦੇ ਵਿੱਚ ਪੈਸੇ ਰੱਖਦੇ ਸੀਗੇ। ਹੋਰ ਆਪਣੀਆਂ ਕਿਤਾਬਾਂ ਜਿਹੜੀਆਂ ਦੇਸ਼ ਭਗਤ ਦੀ ਜੇ ਕਿਤਾਬਾਂ ਹੋਰ ਹੁੰਦੀਆਂ ਸੀ ਉਹਨੂੰ ਬੁੱਕਾਂ ਸਾਰੀਆਂ ਵਿੱਚ, ਜਦੋਂ ਵੀ ਬੱਬਰ ਆ ਗਏ ਉਹਨਾਂ ਦੇ ਕੋਲ ਭੋਜ ਦੇ ਵਿੱਚ ਬਹਿ ਕੇ ਮੀਟਿੰਗ ਕਰਦੇ ਸੀਗੇ, ਸਾਰਾ ਕੁਛ ਉਹ ਉਸ ਵੇਲੇ ਉਹਨਾਂ ਦੇ ਕੋਲ ਹਾਜ਼ਰ ਹੁੰਦਾ ਸੀਗਾ, ਹੈ ਨਾ। ਸਾਰੀਆਂ ਚੀਜ਼ਾਂ ਬੰਦੇ ਬਹੁਤ ਆਉਂਦੇ ਸੀਗੇ, 2-4-5 ਭਰਾ ਬਹਿ ਕੇ ਆਪਸ ਵਿੱਚ ਭੋਜ ਦੇ ਵਿੱਚ ਗੱਲਾਂ ਕਰਦੇ ਸੀਗੇ। ਹੋਰ ਵੀ ਬਹੁਤ ਆਉਂਦੇ ਬੱਬਰ, ਉਹ ਕੰਮ ਕਰੂਗਾ ਅਤੇ ਫਿਰ ਤਾਨੀ ਸੀਗੇ ਬਹੁਤ, ਅਤੇ ਉੱਥੇ ਸਾਹਮਣੇ ਪਿੰਡ 'ਚ ਗਏ ਕੋਈ ਕੱਪੜੇ ਵੇਚਣ ਵਾਲਾ ਆਇਆ, ਉਹਨੂੰ ਕਹਿਣਾ ਵੀ ਤੁਸੀਂ ਆਪਣੇ ਕੱਪੜੇ ਇੱਥੇ ਰੱਖ ਦਿਓ, ਅਤੇ ਕੋਈ ਵੀ ਬੰਦਾ ਲੰਘਿਆ ਪਿੰਡ ਦਾ ਉਹਨੂੰ ਕਮੀਜ਼ ਚਾਹੀਦੀ ਆ ਜਾਂ ਲੇਡੀਜ਼ ਨੂੰ ਕੋਈ ਚਾਹੀਦਾ ਕੱਪੜਾ ਤਾਂ ਉਹ ਉਹਨੂੰ ਟੋਟਲੀ ਫ੍ਰੀ ਦਾਨ ਕਰਦੇ ਸੀਗੇ। ਅਤੇ ਸੇਮ ਲਾਈਕਵਾਈਜ਼ ਜੇ ਕੋਈ ਸਬਜ਼ੀ ਵਾਲਾ ਆਇਆ ਤਾਂ ਉਹਨੂੰ ਕਹਿਣਾ ਵੀ ਆਪਣਾ ਇੱਥੇ ਸਬਜ਼ੀ ਰੱਖ ਦੇ, ਜਿਹੜਾ ਵੀ ਕੋਈ ਪਿੰਡ ਦਾ ਬੰਦਾ ਲੰਘਿਆ ਉਹਨੂੰ ਕਹਿਣਾ ਵੀ ਸਬਜ਼ੀ, ਕੋਈ ਫਰੂਟ ਵਾਲਾ ਆਇਆ ਉਹਨੂੰ ਕਹਿਣਾ ਫਰੂਟ ਇੱਥੇ ਰੱਖ ਦੇ। ਸਾਡੇ ਦੇਖਣ ਦੇ ਵਿੱਚ ਤਾਂ ਜਾਂ ਆਏ ਆ, ਪਹਿਲਾਂ ਪਿੰਡ ਸਾਡੇ ਟੋਭਾ ਹੁੰਦਾ ਸੀ, ਟੋਭੇ ਦੇ ਦੁਆਲੇ ਬਾਹਰੋਂ ਪਸ਼ੂ ਆਉਂਦੇ ਹੁੰਦੇ ਅਤੇ ਪਾਣੀ ਸੁਥਰੇ, ਟੋਭੇ ਸਾਰੇ ਪਾਣੀ ਸੁਥਰੇ ਹੁੰਦੇ, ਉਹਨੇ ਫਿਰ ਗਊ ਘਾਟ ਬਣਾਇਆ ਪਿੰਡ ਵੀ, ਇੱਕ ਨਿਕਲਣ ਵਾਸਤੇ ਇੱਕ ਬਾਹਰੋਂ ਪੜਨ ਵਾਸਤੇ, ਤਾਂ ਫਿਰ ਉਹ ਜੇ ਪੌੜੀਆਂ ਲੈ ਜਾਂਦੇ ਟੋਭੇ 'ਚ, ਇੱਕ ਪਾਸੇ ਮਰਦ ਲੀੜੇ ਧੋਂਦੇ ਅਤੇ ਨਹਾਉਣ, ਅਤੇ ਇੱਕ ਪਾਸੇ ਜਨਾਨੀਆਂ ਲੀੜੇ ਵੀ ਧੋ ਸਕਦੀਆਂ ਸੀ, ਨਹਾ ਵੀ ਸਕਦੀਆਂ, ਪੌਣਾ ਵੀ ਉਹ ਪੌਣਾ ਵੀ ਬਣਾਇਆ ਜਨਾਨੀਆਂ ਨਹਾਉਣ ਵਾਸਤੇ, ਪਹਿਲ ਪਰਤ ਕੰਮ ਨਹੀਂ ਇਹ ਪਹਿਲਾਂ ਕੀਤਾ। ਹੋਰ ਪਿੰਡ ਵਿੱਚ ਦੇਖੋ ਜੀ, ਉਹ ਦਾਨੀ ਵੀ ਸੀ ਅਤੇ ਰਹਿੰਦੀ ਵੀ ਸੀ, ਗਰੀਬਾਂ ਦੀ ਵਾਂਹ ਫੜਦੇ ਸੀ ਅਤੇ ਦਾਨ ਵੀ ਕਰਦੇ ਸੀ। ਸਾਡੇ ਪਿੰਡ ਦੇ ਵਿੱਚ ਸਕੂਲ 6ਵੀਂ ਤੱਕ ਸੀਗਾ, ਉਹਦੇ ਵਿੱਚ ਕਮਰੇ ਥੋੜ੍ਹੇ ਜਿਹੇ ਕਮਰਾ ਸਾ, ਉਹਨੇ ਫਿਰ ਕਮਰਾ 3 ਕਮਰੇ ਫਿਰ ਹੋਰ ਇੱਕ ਸਾਡੇ ਪਿੰਡ ਦਾ ਬੰਦਾ ਸੀ ਨਾਲ ਲੈ ਕੇ, 3 ਕਮਰੇ ਫਿਰ ਹੋਰ ਫ੍ਰੀ ਬਣਵਾਏ ਆ। ਹੋਰ ਵੀ ਜੇ ਕੋਈ ਗਰੀਬ ਗੁਰਬੀ ਆਉਂਦਾ ਸੀਗਾ ਤਾਂ ਉਹਨੂੰ ਆਏ ਨੂੰ ਖਾਲੀ ਨਾ ਸੀ ਮੋਰ ਦੇ, ਅਤੇ ਉਹ ਆਮ ਪਿੰਡ ਦੇ ਵਿੱਚ ਅੱਗੇ ਜੱਗ ਲਾਉਂਦੇ ਹੁੰਦੇ ਸੀ, ਉਹ ਵੀ ਲਾਉਂਦੇ ਸੀ, ਤਾਂ ਹਫ਼ਤੇ ਦੇ ਵਿੱਚ 1-2 ਵਾਰ ਮੋਰਾਂ 'ਤੇ ਖੜ੍ਹ ਜਾਂਦੇ ਜੀ, ਜਨਤਾ ਜ਼ਿਆਦਾ ਨਾ ਸੀ, ਪ੍ਰਸ਼ਾਦ ਵੀ ਵਰਤਾਉਂਦੇ ਅਤੇ ਇਹੋ ਜਿਹਾ ਕੰਮ ਕਰਦੇ ਰਹੇ ਆ। ਬਾਬਾ ਵਿਸਾਖਾ ਸਿੰਘ ਹੁਣੀ, ਜਦੋਂ ਬਾਬਾ ਜਵਾਲਾ ਸਿੰਘ ਹੁਣਾਂ ਦੀ ਮੌਤ ਹੁੰਦੀ ਆ ਅਤੇ ਕਮੇਟੀ ਉਸ ਵੇਲੇ ਜਿਹੜੀ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਆ ਉਹ ਹਿੱਲ ਜਾਂਦੇ ਆ, ਕਿਉਂਕਿ ਬਾਬਾ ਜਵਾਲਾ ਸਿੰਘ ਦੀ ਸ਼ਖਸੀਅਤ ਹੀ ਇੰਨੀ ਮਹਾਨ ਸੀ, ਉਹਨਾਂ ਦੇ ਮਨ 'ਚ ਫੁਰਨਾ ਫੁਰਦਾ ਉਸ ਲਈ ਕਿ ਇਹਨਾਂ ਦੀ ਯਾਦ ਵਿੱਚ ਕੋਈ ਨਾ ਕੋਈ ਸਥਾਨ
ਬਣਾਉਣਾ ਹੁਣ ਸਾਡੇ ਜ਼ਿੰਮੇਵਾਰੀ ਵਾਲੀ ਗੱਲ ਆ। ਤੋ ਇਹ ਫੁਰਨਾ 1938 ਵਿੱਚ ਫੁਰਿਆ ਸੀ ਜਦੋਂ ਬਾਬਾ ਅਮਰ ਸਿੰਘ ਹੋਣੀ ਜਲੰਧਰ ਵਿੱਚ ਆਪਣੇ ਪਿੰਡ ਰਹਿੰਦੇ ਹੋਏ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਮੈਂਬਰ ਸੀ, ਨਾਲ ਨਾਲ ਡਿਸਟ੍ਰਿਕਟ ਬੋਰਡ ਦੇ ਵੀ ਮੈਂਬਰ ਸੀ ਜ਼ਿਲ੍ਹਾ ਜਲੰਧਰ ਦੇ। ਅਤੇ ਇਹ ਗੱਲ ਜਦੋਂ ਉਹਨਾਂ ਨੂੰ ਪਤਾ ਲੱਗੀ ਅਤੇ ਜ਼ਮੀਨ ਖਰੀਦਣੀ ਸੀ, ਫੈਸਲਾ ਹੋਇਆ ਕਿ ਜ਼ਮੀਨ ਅੰਮ੍ਰਿਤਸਰ ਵਿੱਚ ਖਰੀਦੀ ਜਾਵੇ ਜਾਂ ਲਾਹੌਰ ਵਿੱਚ, ਕਿਉਂਕਿ ਆਜ਼ਾਦੀ ਹਜੇ ਮਿਲੀ ਨਹੀਂ ਸੀ। ਅਤੇ ਇਹ ਜਿਹੜਾ ਗੁਣਾ ਆ ਇਹ ਜਲੰਧਰ ਵਿੱਚ ਪਿਆ, ਪੈਸੇ ਕੋਲ ਨਹੀਂ ਸੀ, 25,000 ਰੁਪਈਆ ਬਾਬਾ ਵਿਸਾਖਾ ਸਿੰਘ ਹੋਣਾ ਕੋਲ ਸੀ, ਉਹਨਾਂ ਨੇ ਦੇ ਦਿੱਤਾ ਕਿ ਜ਼ਮੀਨ ਖਰੀਦੋ। ਅਤੇ ਇਸ ਜ਼ਮੀਨ ਨੂੰ ਦੇਖਿਆ ਪਰਖਿਆ ਪਸੰਦ ਆ ਗਈ ਬਾਬੇ ਅਮਰ ਸਿੰਘ ਸਾਂਝਵੇਂ ਹੋਣੀ, ਬਾਬਿਆਂ ਨੂੰ ਕਿਹਾ ਕਿ ਨਿਸ਼ਚਿੰਤ ਹੋ ਜਾਓ, ਕੋਲੋਂ 68,000 ਰੁਪਈਆ ਅਤੇ 3-4,000 ਰੁਪਈਆ ਰਜਿਸਟਰੀ ਦਾ ਖਰਚਾ ਵੀ ਕੋਲੋਂ ਦੇ ਕੇ, ਇਹ ਰਾਏ ਬਹਾਦਰ ਬੱਧਰੀ ਦਾਸ ਦੀ ਕੋਠੀ ਸੀਗੀ, ਇੱਥੇ 3 ਏਕੜ ਜ਼ਮੀਨ ਆ। ਅਤੇ ਇਹ ਬਾਬੇ ਹੁਣਾਂ ਦੀ ਮਿਹਰਬਾਨੀ ਸਦਕਾ ਇਹ ਜ਼ਮੀਨ ਖਰੀਦੀ ਗਈ, ਪਹਿਲਾ ਹਾਲ ਉਸਾਰਿਆ ਗਿਆ। ਸੋ ਅੱਜ ਇਹ ਦੁਨੀਆ ਭਰ 'ਚ ਸਮਾਜ ਦੀਆਂ ਕਰੀਤੀਆਂ ਦੇ ਖਿਲਾਫ, ਦੇਸ਼ ਦੇ ਲੁੱਟੇ ਜਾਂਦੇ ਲੋਕ ਜਾਂ ਕਿਰਤੀ ਜਮਾਤ ਦੀ ਬਿਹਤਰੀ ਲਈ ਜਿੰਨੇ ਵੀ ਲੋਕ ਆਪਣੀਆਂ ਸਰਗਰਮੀਆਂ ਦਾ ਮੁੱਢ ਬੰਨਦੇ ਤਾਂ ਇਹ ਸਥਾਨ ਉਹਨਾਂ ਨੂੰ ਸਾਰਿਆਂ ਨੂੰ ਜੀਆਂ ਕਹਿੰਦਾ। ਗਦਰੀ ਮਿਊਜ਼ੀਅਮ ਜਿਹੜਾ ਦੇਸ਼ ਭਗਤ ਯਾਦਗਾਰ ਹਾਲ ਜਿਹੜਾ ਗਦਰ ਪਾਰਟੀ ਦੇ ਸ਼ਹੀਦਾਂ ਦੇ ਯਾਦਗਾਰ ਹੈ, ਗਦਰ ਪਾਰਟੀ ਮਾਰਟੀਅਰਜ਼ ਮੈਮੋਰੀਅਲ, ਇਹਦਾ ਇੱਕ ਅਹਿਮ ਹਿੱਸਾ ਜਿਹਦੇ ਵਿੱਚ ਤਸਵੀਰਾਂ ਦੀ ਜ਼ਬਾਨੀ ਗਦਰ ਪਾਰਟੀ ਦੇ ਉਸ ਸਾਰੇ ਇਤਿਹਾਸ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਹੜੀ 100 ਸਾਲ ਦਾ ਇਤਿਹਾਸ ਹੈ ਹਿੰਦੁਸਤਾਨ ਦੀ ਆਜ਼ਾਦੀ ਦੀ ਲਹਿਰ ਦੇ ਵਿੱਚ। ਇਸ ਤੋਂ ਇਲਾਵਾ ਜਿੱਥੇ ਸਾਡੇ ਕੋਲ ਕਿਤਾਬਾਂ, ਹੱਥ ਲਿਖਤਾਂ, ਅਖਬਾਰਾਂ ਗਦਰ ਦੀਆਂ ਗੂੰਜਾਂ ਤੋਂ ਲੈ ਕੇ ਕਿਰਤੀ ਮੂਵਮੈਂਟ ਤੱਕ ਔਰ ਉਸ ਤੋਂ ਅੱਗੇ ਸ਼ਹੀਦ ਭਗਤ ਸਿੰਘ ਮੂਵਮੈਂਟ ਤੱਕ ਤੋਂ ਲੈ ਕੇ INA ਤੱਕ ਦਾ ਸਾਰਾ ਰਿਕਾਰਡ ਵੀ ਹੈ ਸਾਡੇ ਕੋਲ ਸ਼ਾਮਿਲ। ਔਰ ਇਹ ਮਿਊਜ਼ੀਅਮ ਜਿਹੜਾ ਹੈ ਇਹ ਉਸ ਸਾਰੇ ਰਿਕਾਰਡ ਦੇ ਵਿੱਚੋਂ ਐਪੀਸੋਡ ਲੈ ਕੇ, ਔਰ ਜਿਉਂ ਜਿਉਂ ਲਹਿਰਾਂ ਚੱਲੀਆਂ 1849 'ਚ ਜਦੋਂ ਅੰਗਰੇਜ਼ ਪੰਜਾਬ 'ਚ ਆਉਂਦਾ, ਉਸ ਤੋਂ ਬਾਅਦ 1857 ਦਾ ਗਦਰ, 1872 ਦੀ ਨਾਮਧਾਰੀ ਮੂਵਮੈਂਟ, 1905 ਦੀ ਪਗੜੀ ਸੰਭਾਲ ਜੱਟਾ ਮੂਵਮੈਂਟ ਤੋਂ ਲੈ ਕੇ ਹਾਰਡਿੰਗ ਬੰਬ ਕੇਸ ਤੋਂ ਬਾਅਦ ਜਦੋਂ ਗਦਰ ਪਾਰਟੀ 1913 'ਚ ਬਣਦੀ ਹੈ, ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਚੱਲੇ ਮੁਕੱਦਮੇ, ਲਾਹੌਰ ਕੰਸਪੀਰੇਸੀ ਕੇਸ ਪਹਿਲਾ, ਦੂਜਾ, ਤੀਜਾ, ਔਰ ਉਹਦੇ ਸਪਲੀਮੈਂਟਰੀ ਕੇਸ ਮਾਂਡਲੇ ਕੇਸ, ਇਸੇ ਤਰ੍ਹਾਂ ਵੈਨਕੂਵਰ ਕਨੇਡਾ ਦੇ ਜਿਹੜੇ ਐਪੀਸੋਡ ਹੋਏ ਨੇ, ਉਹਨਾਂ 'ਚੋਂ ਲੰਘਦਿਆਂ ਇਹ ਫਿਰ ਕਿਰਤੀ ਪਾਰਟੀ, ਸ਼ਹੀਦ ਭਗਤ ਸਿੰਘ ਹੋਣਾ ਦੇ ਨੌਜਵਾਨ ਭਾਰਤ ਸਭਾ ਮੂਵਮੈਂਟ, ਬਬਰ ਅਕਾਲੀ ਮੂਵਮੈਂਟ ਜਿਹੜੀ ਪੰਜਾਬ 'ਚ ਚੱਲੀ, ਉਹਨਾਂ ਸਾਰੇ ਹਿੱਸਿਆਂ ਨੂੰ ਦਰਸਾਉਂਦਾ। ਔਰ ਉਹਨਾਂ ਦੇ ਨਾਇਕਾਂ ਦੀਆਂ ਤਸਵੀਰਾਂ ਇਸ ਹਾਲ ਦੇ ਵਿੱਚ ਮੌਜੂਦ ਨੇ, ਕਰੀਬ 350 ਦੇ ਕਰੀਬ ਇਸ ਵੇਲੇ ਸਾਡੇ ਕੋਲ ਤਸਵੀਰਾਂ ਨੇ, ਜਿਨ੍ਹਾਂ ਵਿੱਚ ਮਾਰਸ਼ਲ ਲਾਅ ਦੇ ਉਮਰ ਕੈਦੀ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ 'ਤੇ ਲੰਘੇ ਜਿਹੜੇ ਗਦਰੀ ਸ਼ਹੀਦ ਨੇ, ਉਸ ਤੋਂ ਇਲਾਵਾ INA ਮੂਵਮੈਂਟ ਤੱਕ ਦਾ ਸਾਰਾ ਹੀ ਇਹ ਰਿਕਾਰਡ ਲਿਆਉਣ ਦੀ ਕੋਸ਼ਿਸ਼ ਕੀਤੀ, ਔਰ ਉਹਨੂੰ ਬਿਲਕੁਲ ਹਿਸਟਰੀ ਦੇ ਮੁਤਾਬਕ ਉਸੇ ਤਰਤੀਬ ਦੇ ਵਿੱਚ ਇਹ ਡਿਸਪਲੇ ਕੀਤਾ ਹੋਇਆ। ਇਸ ਇਤਿਹਾਸ ਰਾਹੀਂ ਅਸੀਂ ਅੱਜ ਦੀ ਪੀੜ੍ਹੀ ਨੂੰ ਉਸ ਵੱਡੇ ਇਤਿਹਾਸ, ਲਹੂ ਸਿੰਘੇ ਇਤਿਹਾਸ ਨੂੰ ਅੱਜ ਦੀ ਨੌਜਵਾਨੀ ਨੂੰ ਜੋੜਨ ਦਾ ਯਤਨ ਕਰਦੇ ਹਾਂ, ਔਰ ਉਹ ਜਿਨ੍ਹਾਂ ਮੁੱਲਾਂ ਲਈ, ਜਿਹੋ ਜਿਹੇ ਸਮਾਜ ਦੇ ਸੁਪਨੇ ਲਈ ਉਹਨਾਂ ਨੇ ਇੱਕ ਸੰਘਰਸ਼ ਕੀਤਾ ਸੀ ਔਰ ਕੁਰਬਾਨੀਆਂ ਦਿੱਤੀਆਂ ਸੀ, ਉਹਦਾ ਸੁਨੇਹਾ ਵੀ ਇਹ ਦਿੰਦਾ ਮਿਊਜ਼ੀਅਮ। ਸਾਡਾ ਇਹਦੇ ਵਿੱਚ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਵਿਜ਼ਟਰ ਸਕੂਲਾਂ ਤੋਂ, ਕਾਲਜਾਂ ਤੋਂ ਬੱਚੇ ਆਉਂਦੇ ਨੇ, ਬਹੁਤ ਸਾਰੇ ਸਕਾਲਰ ਜਿਹੜੇ ਨੇ ਇਹਨਾਂ 'ਤੇ ਰਿਸਰਚ ਵੀ ਕਰ ਰਹੇ ਨੇ। ਉਹ ਜਦੋਂ ਆਜ਼ਾਦੀ ਬਣ ਗਈ ਬਈ ਲੋਕਾਂ ਦੇ ਵਿੱਚ ਲਹਿਰ, ਕਹਿੰਦੇ ਮਾਲ ਵਿਦੇਸ਼ੀ ਫੂਕਣਾ, ਉਹ ਕਹਿੰਦੇ ਮਾਲ ਵਿਦੇਸ਼ੀ ਫੂਕਣਾ, ਹਰ ਪਿੰਡ ਤੇ ਹਰ ਇੱਕ ਸ਼ਹਿਰ ਬਈ ਜਦ ਧਰਤੀ ਕਰਮਿਟ ਲੈ ਗਈ, ਉਹ ਜਦ ਧਰਤੀ ਕਰਮਿਟ ਲੈ ਗਈ ਤਾਂ ਮੱਚੀ ਹਾਹਾਕਾਰ, ਜਿਹੜੇ ਡਾਕੂ ਆਏ ਵਲੈਤ ਤੋਂ। ਔਰ ਅਸੀਂ ਦੇਸ਼ਵਾਦ ਯਾਦਗਾਰ ਹਾਲ ਦੇ ਵਿੱਚ ਇੱਕ ਵੱਡਾ ਮੇਲਾ ਹਰ ਸਾਲ ਲਾਉਂਦੇ ਹਾਂ, 4-5 ਦਿਨ ਦਾ ਹੁੰਦਾ, ਜਿਹਦਾ 1 ਨਵੰਬਰ ਜਿਹੜਾ 1913 ਗਦਰ ਅਖਬਾਰ ਪੰਜਾਬੀ 'ਚ ਨਿਕਲਦਾ ਉਹ ਮੇਨ ਡੇ ਹੁੰਦਾ। ਉਸ ਤੋਂ ਪਹਿਲੇ 4 ਦਿਨ ਅਸੀਂ
ਵੱਖ-ਵੱਖ ਸਕੂਲਾਂ ਕਾਲਜਾਂ ਦੇ ਬੱਚਿਆਂ ਨੂੰ ਇਸ ਇਤਿਹਾਸ ਨਾਲ ਜੋੜਨ ਲਈ ਇੱਕ ਦਿਨ ਪੇਂਟਿੰਗ ਮੁਕਾਬਲੇ ਕਰਾਉਂਦੇ ਹਾਂ ਜਿਹਦੇ ਵਿੱਚ ਇਹਨਾਂ ਸਾਰੇ ਗਦਰੀ ਸ਼ਹੀਦਾਂ ਦੀਆਂ ਤਸਵੀਰਾਂ ਰੱਖਦੇ ਹਾਂ। ਦੂਸਰੇ ਦਿਨ ਗੀਤਾਂ ਦੇ ਮੁਕਾਬਲੇ ਕਰਾਉਂਦੇ ਹਾਂ ਜਿਹਦੇ ਵਿੱਚ ਅਸੀਂ ਗਦਰ ਦੀ ਗੂੰਜ ਅਤੇ ਉਸ ਵੇਲੇ ਦੀਆਂ ਜਿਹੜੀਆਂ ਗੀਤ ਪ੍ਰਚਲਿਤ ਸਨ ਗਦਰੀਆਂ ਦੇ ਜਾਂ ਰੈਵੋਲਿਊਸ਼ਨਰੀ ਗੀਤ ਉਹਨਾਂ ਦੇ ਮੁਕਾਬਲੇ ਹੁੰਦੇ ਨੇ। ਇਸੇ ਤਰ੍ਹਾਂ ਤੀਸਰੇ ਦਿਨ ਕੁਇਜ਼ ਮੁਕਾਬਲਾ ਕਰਾਉਂਦੇ ਹਾਂ ਜਿਹੜਾ ਗਦਰ ਪਾਰਟੀ ਦੇ ਕਿਸੇ ਨਾ ਕਿਸੇ ਐਪੀਸੋਡ 'ਤੇ ਹੁੰਦਾ, ਉਸ ਲਹਿਰ ਨੂੰ ਇਸ ਤਰ੍ਹਾਂ ਪਹੁੰਚਾਉਂਦੇ ਹਾਂ। ਔਰ ਕਵੀ ਦਰਬਾਰ ਅਤੇ ਨਾਟਕ ਸੰਗੀਤ ਰਾਹੀਂ ਇਹ ਪੰਜ ਦਿਨ ਇਹਨਾਂ ਦੇ ਸ਼ਹੀਦਾਂ ਦਾ ਸੁਨੇਹਾ ਇਹ ਅਸੀਂ ਮੇਨਲੀ ਦਿੰਦੇ ਹਾਂ। ਇਸ ਤੋਂ ਇਲਾਵਾ ਕਿ ਕਹਿਣ ਨੂੰ ਤਾਂ ਹਰ ਕੋਈ ਕਹਿ ਦਿੰਦਾ ਕਿ ਦੇਸ਼ ਲਈ ਤਨ ਮਨ ਧਨ ਵਾਰਨ ਵਾਸਤੇ ਤਿਆਰ ਹਾਂ, ਪਰ ਪਤਾ ਤਾਂ ਉਦੋਂ ਲੱਗਦਾ ਨਾ ਜਦੋਂ ਅਮਲ ਦੇ ਵਿੱਚ ਕੋਈ ਉਹਨੂੰ ਲਾਗੂ ਕਰਦਾ। ਸੋ ਅਮਲ 'ਚ ਲਾਗੂ ਕਰਨ ਵਾਸਤੇ ਉਹਨਾਂ ਨੇ ਆਪਣਾ ਤਨ ਮਨ ਧਨ ਸਭ ਕੁਝ ਦੇਸ਼ ਵਾਸਤੇ ਕੁਰਬਾਨ ਕੀਤਾ। ਔਰ ਸਾਡੇ ਵਾਸਤੇ ਇੱਕ ਪ੍ਰੇਰਨਾ ਸਰੋਤ ਇਹ ਬਣੀ, ਜੇ ਅੱਜ ਦੇਸ਼ ਭਗਤ ਜਾਗਰ ਹਾਲ ਦੀ ਉਹਨਾਂ ਦੇ ਕਰ ਕਮਲਾਂ ਦੇ ਨਾਲ ਇਸ ਤਰ੍ਹਾਂ ਦੀ ਉਸਾਰੀ ਨਾ ਕੀਤੀ ਗਈ ਹੁੰਦੀ ਅਤੇ ਉਹਨਾਂ ਨੇ ਆਪਣੇ ਮੁੜਕੇ ਦੇ ਮੋਤੀ ਦੇਸ਼ ਭਗਤ ਜਾਗਰ ਹਾਲ ਦੀਆਂ ਨੀਹਾਂ 'ਚ ਫਾਊਂਡੇਸ਼ਨ ਦੇ ਵਿੱਚ ਨਾ ਪਾਏ ਹੁੰਦੇ ਤਾਂ ਸ਼ਾਇਦ ਦੇਸ਼ ਭਗਤ ਹਾਲ ਦੀ ਇਹ ਲਾਇਬ੍ਰੇਰੀ, ਇਹ ਮਿਊਜ਼ੀਅਮ, ਉੱਥੇ ਲੱਗਦਾ ਮੇਲਾ ਗਦਰੀ ਬਾਬਿਆਂ ਦਾ, ਉੱਥੇ ਆਉਂਦੀਆਂ ਨੌਜਵਾਨਾਂ ਦੀਆਂ ਭੀੜਾਂ, ਅਤੇ ਉੱਥੇ ਅੱਜ ਦੇ ਜਿਹੜੇ ਗਦਰੀ ਬਾਬਿਆਂ ਦੇ ਵਾਰਸ ਨੇ ਦੇਸ਼ ਭਗਤ ਹਾਲ ਨੂੰ ਆਪਣਾ ਨਾਨਕਾ ਅਤੇ ਆਪਣਾ ਦਾਦਕਾ ਘਰ ਨਾ ਸਮਝਦੇ। ਇਹ ਜਿਹੜਾ 4 ਏਕੜ ਦੇ ਵਿੱਚ ਕੰਪਲੈਕਸ ਹੈ ਇਹ ਅੱਜ ਵੀ ਆਪਣੇ ਹੱਕਾਂ ਲਈ ਇਸ ਦੇਸ਼ ਦੇ ਸੁਨਹਿਰੇ ਭਵਿੱਖ ਲਈ ਲੜ ਰਹੇ ਕਿਰਤੀ ਲੋਕਾਂ ਦੇ ਦੀਆਂ ਮੂਵਮੈਂਟਾਂ ਦਾ ਕੇਂਦਰ ਹੈ। ਸਾਡੇ ਕੋਲ ਬਹੁਤ ਵੱਡਾ ਆਡੀਟੋਰੀਅਮ 1000 ਕੁਰਸੀ ਦਾ, ਉਹਦੇ ਵਿੱਚ ਬਹਿਸਾਂ, ਕਾਨਫਰੰਸਾਂ, ਸੈਮੀਨਾਰ ਹੁੰਦੇ ਰਹਿੰਦੇ ਨੇ। ਬਾਹਰ ਵਿਹੜੇ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ, ਟਰੇਡ ਯੂਨੀਅਨ ਤੋਂ ਲੈ ਕੇ ਵਿਦਿਆਰਥੀ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਔਰਤਾਂ ਦੀਆਂ ਜਥੇਬੰਦੀਆਂ, ਇਹ ਆਪਣੇ ਆਪਣੇ ਪ੍ਰੋਗਰਾਮ ਉਲੀਕਦੀਆਂ ਨੇ। ਇਹ ਉਹਨਾਂ ਸਾਰਿਆਂ ਲਈ ਇੱਕ ਆਪਣਾ ਘਰ ਹੈ ਜਿੱਥੇ ਉਹ ਇਕੱਠੇ ਹੋ ਕੇ ਆਪਣੀਆਂ ਸਮੱਸਿਆਵਾਂ ਬਾਰੇ ਵਿਚਾਰ ਵੀ ਕਰਦੇ ਨੇ ਔਰ ਸੰਘਰਸ਼ ਕਰਨ ਲਈ ਵੀ। ਇਹ ਜਗ੍ਹਾ ਉਹਨਾਂ ਦੀ ਆਪਣੀ ਹੈ, ਇਹ ਇੱਕ ਦੇਸ਼ ਭਗਤ ਯਾਦਗਾਰ ਹਾਲ ਜਿਹਦਾ ਨਾਂ ਹੈ। ਅੱਜ ਵੀ ਉਸ ਗਦਰ ਲਹਿਰ ਦੇ 3 ਰੰਗਾ ਝੰਡਾ ਜਿਹਦੇ ਵਿੱਚ 2 ਤਲਵਾਰਾਂ ਨੇ ਉਹ ਇਸ ਬਿਲਡਿੰਗ ਦੇ ਉੱਤੇ ਚੁੱਲਦਾ ਔਰ ਉਸ ਗਦਰ ਦੇ ਸੰਦੇਸ਼ ਨੂੰ ਅੱਜ ਵੀ ਜਾਰੀ ਰੱਖ ਰਿਹਾ ਔਰ ਹੰਗਾਰ ਦੇ ਰਿਹਾ, ਹੋਕਾ ਦੇ ਰਿਹਾ। ਆਓ ਉਹਨਾਂ ਗਦਰੀਆਂ ਦੇ ਸੁਪਨਿਆਂ ਦਾ ਹਿੰਦੁਸਤਾਨ ਨੂੰ ਸਿਰਜੀਏ ਜਿਹਨਾਂ ਦੀ ਖਾਤਰ ਉਹਨਾਂ ਨੇ ਇੰਨੀਆਂ ਲਾਮਿਸਾਲ ਕੁਰਬਾਨੀਆਂ ਕੀਤੀਆਂ ਸੀ। ਬਾਬਾ ਅਮਰ ਸਿੰਘ ਸੰਧਵਾ ਨੇ ਗੁਰਬਾਣੀ ਦੇ ਫਰਮਾਨ ਘਾਲ ਖਾਏ ਕਿਛ ਹੱਥੋਂ ਦੇ ਅਤੇ ਦਾਸਨ ਦਾਸਾ ਹੋਏ ਰਹੋ ਤੇ ਸਾਰੀ ਉਮਰ ਪਹਿਰਾ ਦਿੱਤਾ, ਜਿਸ ਵਿੱਚ ਬੀਬੀ ਬਸੰਤ ਕੌਰ ਨੇ 1964 ਵਿੱਚ ਵਿਛੋੜਾ ਦੇਣ ਤੋਂ ਪਹਿਲਾਂ ਤੱਕ ਉਹਨਾਂ ਦਾ ਭਰਪੂਰ ਸਾਥ ਦਿੱਤਾ। ਬਾਬਾ ਅਮਰ ਸਿੰਘ ਦੇ ਵਿਦੇਸ਼ ਜਾਣ ਤੋਂ ਕੁਝ ਚਿਰ ਬਾਅਦ ਹੀ ਉਹਨਾਂ ਦਾ ਪੁੱਤਰ ਨਿਰੰਜਣ ਸਿੰਘ ਵੀ ਚੱਲ ਵਸਿਆ ਅਤੇ ਫਿਰ ਕੋਈ ਔਲਾਦ ਨਾ ਹੋਈ। ਦੋਹਾਂ ਜੀਆਂ ਨੇ ਇਸ ਨੂੰ ਰੱਬ ਦਾ ਭਾਣਾ ਮੰਨ ਕੇ ਪ੍ਰਵਾਨ ਕਰ ਲਿਆ ਅਤੇ ਆਪਣੇ ਸੰਪਰਕ ਵਿੱਚ ਆਉਣ ਵਾਲੇ ਹਰ ਸ਼ਖਸ ਨੂੰ ਪਰਿਵਾਰ ਦਾ ਜੀ ਬਣਾ ਲਿਆ। ਆਪਣੇ ਅਖੀਰਲੇ ਵਰਿਆਂ ਵਿੱਚ ਬਾਬਾ ਅਮਰ ਸਿੰਘ ਸੰਧਵਾ ਨੇ ਆਪਣਾ ਤਨ ਮਨ ਧਨ ਦੇਸ਼ ਭਗਤਾਂ ਦੀ ਮਦਦ ਅਤੇ ਯਾਦਗਾਰ ਬਣਾਉਣ ਵਿੱਚ ਅਰਪਿਤ ਕਰ ਦਿੱਤਾ। ਉਹਨਾਂ ਦੀ ਦੇਣ, ਉਹਨਾਂ ਦੀ ਘਾਲਣਾ ਮਹਾਨ ਆ, ਮਹਾਨ ਵਿਅਕਤੀ ਦੇ ਮਹਾਨ ਸੰਦੇਸ਼ਾਂ ਨੂੰ ਪ੍ਰਚਾਰਨ ਦੀ ਲੋੜ ਅੱਜ ਆ। ਉਹ ਸਾਰੇ ਲੋਕ ਜਿਨ੍ਹਾਂ ਲੋਕਾਂ ਨੇ ਵੀ ਗਦਰ ਇਤਿਹਾਸ ਦੇ ਵਿੱਚ ਆਪਣੀ ਯੋਗਦਾਨ ਪਾਇਆ, ਜਿਨ੍ਹਾਂ ਵਿੱਚ ਬਾਬਾ ਅਮਰ ਸਿੰਘ ਸੰਧਵਾ ਇੱਕ ਬਹੁਤ ਵੱਡਾ ਹਸਤਾਖਰ ਨੇ ਆਪਣੇ ਆਪ 'ਚ, ਜਿਨ੍ਹਾਂ ਨੇ ਇੱਕ ਨਵਾਂ ਮੀਲ ਪੱਥਰ ਗੱਡ ਕੇ ਦਿਖਾਇਆ ਕਿ ਉਸ ਤੋਂ ਬਾਅਦ ਹਿਸਟਰੀ ਨੂੰ ਪ੍ਰਜ਼ਰਵ ਕਰਨਾ ਅਤੇ ਉਸ ਹਿਸਟਰੀ ਦੀ ਕੰਟੀਨਿਊਸ਼ਨ ਇੱਕ ਚੇਨ ਦੇ ਤੌਰ ਦੇ ਉੱਤੇ ਉਹਨਾਂ ਨੇ ਇੱਕ ਇਸ ਤਰ੍ਹਾਂ ਦਾ ਚਾਨਣ ਦੀ ਖੇਤੀ ਕੀਤੀ, ਜਿਹੜੀ ਖੇਤੀ ਨੂੰ ਅੱਜ ਵੱਢ ਕੇ ਅੱਜ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਬਾਬਾ ਅਮਰ ਸਿੰਘ ਸੰਧਵਾ ਜੀ ਹੋਰਾਂ ਦੇ ਜੀਵਨ ਤੋਂ ਰੌਸ਼ਨੀ ਲੈ ਰਹੀਆਂ। ਮੇਰੀ ਇੱਕ ਬੜੀ ਰੀਝ ਸੀ ਕਿ ਮੈਂ ਸਾਰੇ ਗਦਰੀ ਬਾਬਿਆਂ ਨੂੰ ਮਿਲਾਂ। ਉਹ ਜਿੰਨੇ ਜਿਉਂਦੇ ਸਨ ਉਹਨਾਂ ਸਾਰਿਆਂ ਦੇ ਐਡਰੈਸ ਦਿੱਤੇ ਹੋਏ ਸਨ, ਜਿਹੜਾ ਸੈਂਸਰਾ ਜੀ ਨੇ ਇਤਿਹਾਸ ਲਿਖਿਆ ਹੈ ਕਿਹੜਾ ਕਿਹੜਾ ਕਿੱਥੇ ਕਿੱਥੇ ਰਹਿੰਦਾ। ਅਤੇ ਉਹ ਕੁਛ ਇਤਫਾਕ ਹੀ ਹੋਇਆ ਕਿ ਅਸੀਂ ਉਹਨਾਂ ਦੇ ਵਿੱਚ ਪਬਲਿਕ ਪਲੇਟਫਾਰਮ ਬਣਾਇਆ ਸੀ ਅਤੇ ਅਸੀਂ ਜ਼ਿਆਦਾ ਉਹਨਾਂ ਬਾਬਿਆਂ ਨੂੰ ਧਿਆਨ ਦਿੰਦੇ ਸਨ ਜਿਹੜੇ ਸਟੇਜ 'ਤੇ ਆ ਕੇ ਗਦਰ ਪਾਰਟੀ ਬਾਰੇ ਬੋਲਣ ਨੂੰ ਤਿਆਰ ਸਨ।
ਅਸੀਂ ਉਹਨਾਂ ਦੀ ਭਾਲ ਸਾਂ ਕਿਉਂਕਿ ਅਸੀਂ ਪ੍ਰਚਾਰ ਕਰਨਾ ਚਾਹੁੰਦੇ ਸਾਂ, ਲੋਕਾਂ ਸਾਹਮਣੇ ਲਿਆਉਣਾ ਚਾਹੁੰਦੇ ਸਾਂ। ਅਤੇ ਅਸੀਂ ਜਿਵੇਂ ਅੱਜ ਕੱਲ੍ਹ ਕਵੀਆਂ ਨੂੰ ਸਟੇਜੀ ਕਵੀ ਕਿਹਾ ਜਾਂਦਾ ਨਾ, ਅਸੀਂ ਸਟੇਜੀ ਬਾਬਿਆਂ ਦੀ ਭਾਲ ਸਾਂ। ਅਤੇ ਉਹ ਜਿਹੜਾ ਜਿਹੜਾ ਸਾਨੂੰ ਸਾਡੇ ਨਾਲ ਤੁਰਿਆ, ਬਾਬਾ ਸੋਹਣ ਸਿੰਘ ਪੱਕਣਾ, ਬਾਬਾ ਉਸਮਾਨ ਨੂੰ ਫਿਰ ਧੱਕੇ ਨਾਲ ਜਾਂਦੇ ਸਾਂ, ਬਾਬਾ ਮੁਨਸ਼ਾ ਸਿੰਘ ਦੁਖੀ, ਬਾਬਾ ਹਰਭਜਨ ਸਿੰਘ, ਜਿੰਨੇ ਜਿੰਨੇ ਸਾਡੇ ਨਾਲ ਚੱਲ ਸਕੇ ਬਾਬਾ, ਇਹਨਾਂ ਨੂੰ ਅਸੀਂ ਕਦੀ ਕਿਸੇ ਕਾਲਜ, ਕਦੀ ਕਿਸੇ ਲਾਇਬ੍ਰੇਰੀ, ਇਹਨਾਂ ਦਾ ਅਸੀਂ ਕਰਵਾਉਂਦੇ ਰਹੇ। ਅਤੇ ਇਹ ਜਿਹੜੇ ਬਾਬਾ ਅਮਰ ਸਿੰਘ ਸੰਧੂਆਂ ਸਨ, ਇਹ ਬਾਈ ਨੇਚਰ ਰਿਜ਼ਰਵ ਟਿਪ ਸਾਰ ਸਨ। ਇਹ ਸਟੇਜ 'ਤੇ ਆ ਕੇ ਅਤੇ ਬੋਲਣ ਦੇ ਆਕੇ 'ਚ ਨਹੀਂ ਸਨ। ਵੈਸੇ ਮੈਂ ਖਰੇ ਜ਼ੋਰ ਲਾਉਂਦੇ ਤਾਂ ਮੰਨ ਹੀ ਜਾਂਦੇ, ਅਤੇ ਲੇਕਿਨ ਇਹ ਅਸੀਂ ਕਦੀ ਇਸ ਪਾਸੇ ਗਏ ਨਹੀਂ। ਜੇ ਵੇਖੀ ਜਾਵੇ ਤਾਂ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਇਹ ਬਹੁਤ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਸਾਡੇ ਲੋਕਾਂ ਨੇ, ਸਰਕਾਰਾਂ ਨੇ, ਖਾਸ ਕਰਕੇ ਕਿਉਂਕਿ ਕਾਂਗਰਸ ਪਾਰਟੀ ਸਭ ਤੋਂ ਅੱਗੇ ਰਹੀ ਸੀ ਔਰ ਗਾਂਧੀ ਔਰ ਨਹਿਰੂ ਦਾ ਨਾਂ ਰਿਹਾ, ਅਤੇ ਜੋ ਇਤਿਹਾਸ ਵੀ ਲਿਖਿਆ ਗਿਆ ਉਹਦੇ ਵਿੱਚ ਵੀ ਇਹ ਪ੍ਰੈਜੂਡਿਸ ਬਣਿਆ ਰਿਹਾ, ਇਸ ਲਈ ਇਹਦੀ ਮਹੱਤਤਾ ਨੂੰ ਪਛਾਣਿਆ ਨਹੀਂ ਗਿਆ। ਭਾਵੇਂ ਕੌਨਕ੍ਰੀਟ ਟਰਮਸ ਦੇ ਵਿੱਚ ਦੇਖਿਆ ਜਾਵੇ ਵੀ ਇਹਨਾਂ ਨੂੰ ਕੋਈ ਖਾਸ ਅਚੀਵ ਕਰ ਲਿਆ ਹੋਵੇ, ਉੱਦਾਂ ਨਹੀਂ, ਕਾਮਯਾਬ ਨਹੀਂ ਹੋ ਸਕੇ ਸੀ, ਪਰ ਜਿਹੜੀ ਸੋਚ ਪੈਦਾ ਕੀਤੀ ਸੀ ਉਸ ਵੇਲੇ ਔਰ ਸੋਚ ਦੇ ਨਾਲ ਜਿਹੜਾ ਜਜ਼ਬਾ ਸੀ ਉਹਦੇ ਵਿੱਚ ਜਿਹੜੀ ਕਲੈਰਿਟੀ ਹੈ ਔਰ ਦੀ ਲਾਰਜ ਵਿਜ਼ਨ, ਜਿਹਦੇ ਵਿੱਚ ਇੱਕ ਪਾਸੇ ਤਾਂ ਉਹ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਨੇ, ਜਿਹਦੇ ਵਿੱਚ ਸਭ ਤੋਂ ਵੱਡੀ ਖੂਬੀ ਇਹ ਹੈ ਵੀ ਕਿਸੇ ਕਿਸਮ ਦੀ ਤੰਗ ਨਜ਼ਰੀ ਨਹੀਂ ਹੈ, ਕੋਈ ਵਿਤਕਰਾ ਜ਼ਾਤ ਦੇ ਆਧਾਰ 'ਤੇ, ਧਰਮ ਦੇ ਨਾਂ 'ਤੇ, ਕੋਈ ਹਲਾਲ ਜਾਂ ਝਟਕਾ, ਅਤੇ ਇਹੋ ਜਿਹਾ ਕਿਸੇ ਕਿਸਮ ਦਾ ਵਿਤਕਰਾ ਨਹੀਂ, ਸਭ ਤੋਂ ਉੱਤੇ ਸਨ। ਔਰ ਮੈਨੂੰ ਲੱਗਦਾ ਵੀ ਇਹੋ ਜਿਹੇ ਇਨਸਾਨ ਆਮ ਕਰਕੇ ਬਹੁਤੇ ਮਿਲਦੇ ਨਹੀਂ ਹੈਗੇ। ਗਦਰੀਆਂ ਦੇ ਪਰਿਵਾਰਾਂ, ਪਤਨੀਆਂ ਅਤੇ ਬੱਚਿਆਂ ਦੀਆਂ ਕੁਰਬਾਨੀਆਂ ਉਹਨਾਂ ਖੁਦ ਦੀਆਂ ਕੁਰਬਾਨੀਆਂ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ ਸਨ। ਗਦਰੀਆਂ ਦੇ ਪਰਿਵਾਰ ਉਹਨਾਂ ਦੇ ਸਾਥ, ਹਿਫਾਜ਼ਤ ਅਤੇ ਹਮਦਰਦੀ ਤੋਂ ਹਮੇਸ਼ਾ ਵੇਰਵੇ ਰਹੇ। ਅਫਸੋਸ, ਇਹਨਾਂ ਬਾਰੇ ਕਦੇ ਜ਼ਿਕਰ ਹੀ ਨਹੀਂ ਹੋਇਆ। ਛੋਟੇ ਹੁੰਦਿਆਂ ਮੈਂ ਆਪਣੀ ਦਾਦੀ ਦੇ ਪੇਕੇ ਪਿੰਡ ਸੰਧਵਾਂ ਜਾਂਦੀ ਹੁੰਦੀ ਸੀ, ਜਿੱਥੇ ਬਾਬਾ ਜੀ ਰਹਿੰਦੇ ਸਨ। ਮੈਨੂੰ ਉਹਨਾਂ ਦੇ ਪਨਾਮਾ ਤੋਂ ਵਾਪਸ ਆਉਣ ਬਾਰੇ ਅਤੇ ਦੇਸ਼ ਭਗਤ ਯਾਦਗਾਰ ਹਾਲ ਦੀ ਜ਼ਮੀਨ ਲਈ ਦਿੱਤੇ ਦਾਨ ਬਾਰੇ ਤਾਂ ਪਤਾ ਸੀ, ਪਰ ਉਹਨਾਂ ਦੀਆਂ ਹੋਰ ਪ੍ਰਾਪਤੀਆਂ ਬਾਰੇ ਮੈਂ ਜ਼ਿਆਦਾ ਜਾਣੂ ਨਹੀਂ ਸੀ। 2013 ਦੇ ਗਦਰ ਲਹਿਰ ਸ਼ਤਾਬਦੀ ਸਮਾਰੋਹ ਦੌਰਾਨ ਮੇਰੀ ਮੁਲਾਕਾਤ ਮੰਗਤ ਰਾਮ ਪਾਸਲਾ ਸਾਹਿਬ ਨਾਲ ਹੋਈ, ਜੋ ਕਿ ਗਦਰੀਆਂ ਬਾਰੇ ਸਪੀਚ ਦੇਣ ਲਈ ਟੋਰਾਂਟੋ ਆਏ ਹੋਏ ਸਨ। ਉਹਨਾਂ ਕੋਲੋਂ ਮੈਨੂੰ ਬਾਬਾ ਜੀ ਬਾਰੇ ਲਿਖੀ ਹੋਈ ਇੱਕ ਕਿਤਾਬ ਮਿਲੀ, ਜਿਸ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਬਾਬਾ ਜੀ ਦੇ ਸਧਾਰਨ ਜੀਵਨ ਅਤੇ ਦੇਸ਼ ਭਗਤੀ ਬਾਰੇ ਡੂੰਘਾਈ ਨਾਲ ਪਤਾ ਲੱਗਾ। 1928 ਵਿੱਚ ਭਾਰਤ ਪਰਤਣ ਤੋਂ ਬਾਅਦ ਉਹਨਾਂ ਆਪਣਾ ਸਰਮਾਇਆ ਭਾਰਤ ਦੀਆਂ ਜੇਲ੍ਹਾਂ ਵਿੱਚ ਕੈਦ ਗਦਰੀ ਯੋਧਿਆਂ ਦੀ ਮਦਦ ਅਤੇ ਉਹਨਾਂ ਦੀ ਯਾਦ ਵਿੱਚ ਮੈਮੋਰੀਅਲ ਬਣਾਉਣ ਵਿੱਚ ਲਗਾ ਦਿੱਤਾ। ਬਾਬਾ ਜੀ ਅਤੇ ਉਹਨਾਂ ਵਰਗੇ ਕਈ ਹੋਰ ਅਣਗੌਲੇ ਨਾਇਕਾਂ ਦਾ ਭਾਰਤ ਦੀ ਆਜ਼ਾਦੀ ਬਾਰੇ ਇੱਕ ਸੁਪਨਾ ਸੀ, ਜੋ ਕਿ ਸਾਕਾਰ ਨਹੀਂ ਹੋ ਸਕਿਆ। ਇਹ ਡਾਕੂਮੈਂਟਰੀ ਉਹਨਾਂ ਸਭਨਾਂ ਦੀ ਸੋਚ ਅਤੇ ਇੱਛਾ ਨੂੰ ਸਮਰਪਿਤ ਹੈ। ਮੈਨੂੰ ਇਸ ਗੱਲ ਦੀ ਵੀ ਡਾਢੀ ਖੁਸ਼ੀ ਹੈ ਕਿ ਗਦਰ ਪਾਰਟੀ ਦੇ ਸ਼ਹੀਦਾਂ ਦੀ ਯਾਦ ਵਿੱਚ ਦੇਸ਼ ਭਗਤ ਯਾਦਗਾਰ ਹਾਲ ਦੀ ਇਮਾਰਤ ਲਗਭਗ ਪੂਰੀ ਹੋ ਗਈ ਹੈ ਤੇ ਆਉਣ ਵਾਲੀਆਂ ਨਸਲਾਂ ਲਈ ਇਹ ਇੱਕ ਕੀਮਤੀ ਵਿਰਸੇ ਦਾ ਕੰਮ ਦੇਵੇਗੀ। ਮੈਨੂੰ ਇਸ ਗੱਲ ਦੀ ਵੀ ਪੂਰਨ ਆਸ ਹੈ ਕਿ ਮੌਜੂਦਾ ਲੋਟੂ ਪ੍ਰਬੰਧ ਛੇਤੀ ਹੀ ਢਹਿ ਢੇਰੀ ਹੋ ਜਾਵੇਗਾ ਅਤੇ ਲੋਕੀ ਆਪਣੀ ਕਿਸਮਤ ਦੇ ਆਪ ਘਾੜੇ ਬਣ ਜਾਣਗੇ।
मेरी यह दिली इच्छा है कि आन वाले समय विच ओ सारियां शक्तियां एक मुठ हो जानगियां जेड़ियां के देश विच्चों लोटू राज खत्म करके इत्थे सही अर्थां विच लोकां दा राज स्थापित करन लई जूझ रहियां ने। गदर पार्टी दे शहीदां दा, शहीद भगत सिंह अते उसदे साथियां दा अते आजादी लई घोल करदे मैदाने जंग विच मरे सैकड़े होर शहीदां दा सुपना अवश्य पूरा होवेगा। लोटुआं दी हार होवेगी, लोकां दी जित होवेगी। अमर सिंह संधवा। आओ वे आओ गीत गाओ इनकलाब दे, आओ वे आओ गीत गाओ इनकलाब दे। ढूंढ गए खजाने यारो, ढूंढ गए खजाने यारो, यार साम्राज दे। आओ वे आओ गीत गाओ इनकलाब दे, आओ वे आओ गीत गाओ इनकलाब दे। ओ चंद्र शेखर महावीर अशफाक की अमर कहानी, चंद्र शेखर महावीर अशफाक की अमर कहानी। पौना विच तराने गूंजन कर गए जो कुर्बानी, पौना विच तराने गूंजन कर गए जो कुर्बानी, कर गए जो कुर्बानी। कर गए बरूद जड़ी, कर गए बरूद जड़ी, चंद्रे समाज दे। आओ वे आओ गीत गाओ इनकलाब दे, 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 आओ वे आओ गीत गाओ इनकलाब दे।